ਸਤਿ ਸ਼੍ਰੀ ਅਕਾਲ, ਸਲਾਮ ਸਭ ਸਤਿਕਾਰਤ ਸੱਜਣਾਂ ਨੂੰ ਜੋ ਇਸ ਵਕਤ ਜੁੜੇ ਨੇ ਟਿਵਾਣਾ ਟੀ ਵੀ ਪ੍ਰੋਗਰਾਮ ਦੇ ਨਾਲ। ਬਾਗਾਂ ਅਤੇ ਰਾਗਾਂ ਦੇ ਸ਼ਹਿਰ ਪਟਿਆਲਿਓ, ਮੈਂ ਪਰਮਿੰਦਰ ਸਿੰਘ ਟਿਵਾਣਾ ਅਤੇ ਆਪਣੇ ਨਾਲ ਜੁੜ ਚੁੱਕੇ ਨੇ ਸਰ ਰਣਜੀਤ ਸਿੰਘ ਕੁੱਕੀ ਗਿੱਲ ਸਾਹਿਬ। ਗਿੱਲ ਸਾਹਿਬ ਸਵਾਗਤ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਥੈਂਕ ਯੂ ਸੋ ਮਚ। ਮਿਹਰਬਾਨੀ ਗਿੱਲ ਸਾਹਿਬ। ਗਿੱਲ ਸਾਹਿਬ, ਮੌਸਮ ਬਹਾਰ ਕਦੇ ਪੁਰਾ ਕਦੇ ਪਿੱਛੋਂ, ਇਸ ਦੌਰਾਨ ਨੇਤਾਵਾਂ ਦਾ ਇੱਧਰੋਂ ਉੱਧਰ ਉੱਧਰੋਂ ਉੱਧਰੋਂ ਜਾਣ ਦਾ ਸਿਲਸਿਲਾ, ਪਾਰਟੀਆਂ 'ਚੋਂ ਕੱਢ ਕਢਾਈ ਦਾ ਸਿਲਸਿਲਾ, ਵੈਸੇ ਜਿੰਨਾ ਮਨੁੱਖੀ ਵਿਵਹਾਰ ਦੇ ਵਿੱਚ ਤਬਦੀਲੀਆਂ ਆਈਆਂ ਨੇ, ਉਸ ਤੋਂ ਕਿਤੇ ਜ਼ਿਆਦਾ ਸਿਆਸੀ ਲੋਕਾਂ ਦੇ ਕਿਰਦਾਰ 'ਚ ਤਬਦੀਲੀਆਂ ਨੇ। ਪਕੜਾ ਹੈ ਇਸ ਕਾ ਹਾਥ, ਉੱਧਰ ਛੋੜ ਰਹੀ ਹੈ ਜੇ ਸਿਆਸਤ ਵੀ ਤਵਾਇਫ ਸੇ ਕੰਮ ਨਹੀਂ। ਖੈਰ, ਇਸ ਦੌਰਾਨ ਇਸ ਲੋਕ ਸਭਾ ਚੋਣਾਂ 24 ਦਾ ਆਖਰੀ ਗੇੜ 1 ਤਰੀਕ ਨੂੰ ਪੰਜਾਬ ਦੇ ਵਿੱਚ ਕੱਟਾ ਕੱਟੀ ਹੋ ਜਾਣਾ ਹੈ। ਇਸ ਦੌਰਾਨ ਦਿੱਲੀ ਦੇ ਤਕਰੀਬਨ ਸਾਰੇ ਹੀ ਨੇਤਾ ਪੰਜਾਬ ਦੇ ਵਿੱਚ ਪਹੁੰਚ ਰਹੇ ਨੇ। ਮੋਦੀ ਸਾਹਿਬ ਵੀ 30 ਤਰੀਕ ਨੂੰ ਦੁਬਾਰਾ ਪਹੁੰਚ ਰਹੇ ਨੇ। ਜੇ ਪਾਰਟੀ ਵਾਈਜ਼ ਵੇਖਿਆ ਜਾਵੇ, ਸ਼ੁਰੂਆਤ ਸ਼੍ਰੋਮਣੀ ਅਕਾਲੀ ਦਲ ਤੋਂ ਕਰਦੇ ਹਾਂ, ਉਹਨਾਂ ਨੇ ਆਪਣੇ ਨਿਆਣਿਆਂ ਦਾ ਫੁੱਫੜ ਕੱਢ ਦਿੱਤਾ, ਹੋਰ ਵੀ ਕੱਢ ਕਢਾਈ ਦਾ ਸਿਲਸਿਲਾ ਜਾਰੀ ਹੈ। ਅਕਾਲੀ ਦਲ ਦੇ ਵਿੱਚ ਫਿਰ ਫੁੱਟ ਦੇ ਸਮੀਕਰਨ ਵਧੇ ਨੇ, ਕਿਉਂਕਿ ਢੀਂਡਸਾ ਸਾਹਿਬ, ਬੀਬੀ ਜਗੀਰ ਕੌਰ ਜਾਂ ਜਿਹੜੇ ਵੀ ਦੁਬਾਰਾ ਜੁੜੇ ਸੀ ਉਹ ਫਿਰ ਮਾਯੂਸ ਨੇ ਕੈਰੋਂ ਨੂੰ ਪਾਰਟੀ 'ਚੋਂ ਕੱਢਣ ਦੀ ਬਿਨਾਹ 'ਤੇ। ਜਿਹੜੇ ਹੈ ਨਾ ਵੀ ਇਹਦੇ ਬਾਰੇ ਜੇ ਆਪਾਂ ਨੱਟ ਸ਼ੈਲ 'ਚ ਕਰਨ ਆਵੇ ਨਾ, ਕੋਈ ਉਮੀਦ ਬਰ ਨਹੀਂ ਆਤੀ, ਕੋਈ ਸੂਰਤ ਨਜ਼ਰ ਨਹੀਂ ਆਤੀ। ਅੱਗੇ ਜੇ ਆਪਾਂ ਚੱਲੀਏ ਤਾਂ ਕੌਣ ਕਹਿੰਦਾ ਤਸਵੀਰ ਬਦਲੀ ਆ, ਕਾਸ਼ਨੀ ਬਰੂਹਾਂ ਅੰਦਰ ਵਕਤ ਨੇ ਤਸਵੀਰ ਬਦਲੀ ਆ, ਉਹੀ ਕੁਰਸੀ ਉਹੀ ਹੁਕਮਰਾਨ ਜੀ, ਬਸ ਵਾਅਦਿਆਂ ਤੇ ਮਨੋਰਥਾਂ ਦੀ ਤਫਸੀਲ ਬਦਲੀ ਆ। ਹੱਕ ਸੱਚ ਨਿਆਂ ਖੁਸ਼ਹਾਲੀ ਤੇ ਰੁਜ਼ਗਾਰ ਦੇ ਖਾਕੇ ਖਾਲੀ ਨੇ, ਬਸ ਸਮਾਜਿਕ ਦੁਸ਼ਵਾਰੀਆਂ ਨੇ ਤਰਕੀਬ ਬਦਲੀ ਆ। ਬਿਲਕੁਲ, ਤੁਸੀਂ ਦੇਖੋ ਵੀ ਜਿਹੜੇ ਇਸ਼ੂਜ਼ ਨੇ ਪੰਜਾਬ ਦੇ, ਆਪਾਂ ਫਿਰ ਅਕਾਲੀ ਦਲ ਤੇ ਗੱਲ ਕਰਦੇ, ਤੁਸੀਂ ਦੇਖੋ ਆਪਣੇ ਇੱਥੇ ਜਿਹੜੀ ਨੌਜਵਾਨ ਦੀ ਬੇਰੁਜ਼ਗਾਰੀ ਦੀ ਦਰ ਹੈਗੀ ਆ ਨਾ, ਉਹ 26.33% ਹੈਗੀ ਆ ਜੀ, ਤੇ ਜਿਹੜੀ ਨੈਸ਼ਨਲ ਹੈਗੀ ਉਹ 21.84% ਹੈਗੀ ਆ। ਉਹਦੇ ਨਾਲੋਂ ਵੀ ਜ਼ਿਆਦਾ ਬੇਰੁਜ਼ਗਾਰੀ ਜਿਹੜੀ ਆ ਪੰਜਾਬ, ਫਿਰ ਆਪਣੇ ਉੱਤੋਂ ਜਿਹੜੇ ਆਪਣਾ ਪ੍ਰਵਾਸ ਚੱਲ ਰਿਹਾ ਹੈਗਾ, ਤੇ ਉਸ ਦੇ ਬਾਵਜੂਦ ਵੀ ਇੰਨੀ ਵੱਡੀ ਬੇਰੁਜ਼ਗਾਰੀ ਹੈਗੀ ਆ, ਇੱਥੇ ਲੋਕੀ ਨਾ ਉਮੀਦ ਹੋਏ ਹੋਏ ਨੇ। ਜਿਹੜੀ ਪੋਲੀਟੀਕਲ ਲੀਡਰਸ਼ਿਪ ਹੈਗੀ ਆ ਉਹ ਆਪਣੇ ਜੋੜ ਤੋੜਾਂ ਵਿੱਚ ਲੱਗੇ ਹੋਏ ਨੇ, ਮਤਲਬ ਐਟ ਐਨੀ ਕੋਸਟ ਵੀ ਕਿਸ ਤਰ੍ਹਾਂ ਸੱਤਾ ਹਾਸਲ ਕਰਨੀ ਹੈਗੀ ਆ। ਜਦਕਿ ਤੁਸੀਂ ਆਪਾਂ ਦੇਖੋ ਉਹਨਾਂ ਦਾ ਡਿਸਕੋਰਸ, ਜਿਹੜਾ ਪਬਲਿਕ ਡਿਸਕੋਰਸ ਹੈਗਾ ਆਪਸ 'ਚ ਇੱਕ ਦੂਜੇ ਨਾਲ ਬਹਿਸ ਦਾ, ਜਾਂ ਆਪਣੀਆਂ ਇੰਟਰਵਿਊਸ ਦੇਖ ਲਓ ਅੱਡ ਅੱਡ ਲੀਡਰਸ ਦੀਆਂ, ਉਸ ਬਾਰੇ ਕੋਈ ਵਿਜ਼ਨ ਨਜ਼ਰ ਨਹੀਂ ਆਉਂਦੀ ਉਹਦੇ 'ਚ, ਜਿਹੜਾ ਮਤਲਬ ਕਿ ਕਿਸੇ ਤਰ੍ਹਾਂ ਦਾ ਕੋਈ ਪੰਜਾਬ ਪ੍ਰਤੀ ਕੋਈ ਸੁਹਿਰਦ ਜਿਹੜਾ ਇਸ਼ੂ ਚੱਕਣ ਦਾ ਮੁੱਦਾ ਹੋਵੇ ਜੀ, ਉਸ ਬਾਰੇ ਕੋਈ ਜ਼ਿਕਰ ਨਹੀਂ ਹੋ ਰਿਹਾ ਹੈਗਾ ਇਸ ਇਲੈਕਸ਼ਨ ਦੇ ਵਿੱਚ। ਇੱਕ ਤਰ੍ਹਾਂ ਨਾਲ ਮੁੱਦਾ ਵੀ ਹੋਣੀ ਇਲੈਕਸ਼ਨ ਹੈਗੀ, ਜਦਕਿ ਪੰਜਾਬ ਅੱਗੇ ਇੰਨੇ ਚੈਲੰਜਸ ਖੜੇ ਨੇ ਆਪਣੀ, ਮਤਲਬ ਕਿ ਇੱਕ ਤਰ੍ਹਾਂ ਦੇ ਨਾਲ ਪੰਜਾਬ ਦੀ ਜਿਹੜੀ ਹੈਗੀ ਆ ਆਪਾਂ ਬੈਂਕਰਪਸੀ ਤੇ ਖੜੇ ਹੈਗੇ ਆ, ਆਪਣੀ ਹੋਂਦ ਖਤਰੇ 'ਚ ਹੈਗੀ ਆ ਪੰਜਾਬ ਦੀ ਪੋਲੀਟੀਕਲ ਲੀਡਰਸ਼ਿਪ। ਤੁਸੀਂ ਅਕਾਲੀ ਦਲ ਜਿਹੜੀ ਕਿ ਰੀਜਨਲ ਪਾਰਟੀ ਆ, ਓਨਲੀ ਰੀਜਨਲ ਪਾਰਟੀ ਇਨ ਪੰਜਾਬ ਜੀ, ਉਹਨਾਂ ਦੇ ਆਪਣੇ ਜੋੜ ਤੋੜ ਹੀ ਨਹੀਂ ਖਤਮ ਹੋ ਗਏ, ਮਤਲਬ ਕਿ ਇੱਕ ਫੈਮਿਲੀ ਦਾ ਆਪਣਾ ਫਿਊਡ ਹੈਗਾ ਉਹਦੇ ਨਾਲ ਦੇਖੋ ਜਾ ਕੇ ਇਹਨਾਂ ਨੇ ਕਿੱਡੀ ਵੱਡੀ ਡਿਸੀਜ਼ਨ ਲਿਆ ਹੈਗਾ ਕਿ ਅਦੇਸ਼ ਪ੍ਰਤਾਪ ਕੈਰੋਂ ਨੂੰ ਪਾਰਟੀ 'ਚੋਂ ਕੱਢ ਦਿੱਤਾ ਗਿਆ। ਕੋਈ ਸ਼ੋ ਕੋਜ ਨੋਟਿਸ ਨਹੀਂ ਦਿੱਤਾ ਗਿਆ, ਕੋਈ ਕਿਸੇ ਤਰ੍ਹਾਂ ਦਾ ਪੁੱਛਿਆ ਨਹੀਂ ਗਿਆ ਪਹਿਲੇ ਵੀ ਉਹਨਾਂ ਵੱਲੋਂ ਕੀ ਜਵਾਬ ਹੈਗਾ ਜੇ ਇਹਨਾਂ ਦੇ ਕੋਈ ਦੋਸ਼ ਸੀਗੇ ਉਹਨਾਂ ਤੇ, ਕਿਉਂਕਿ ਦੂਸਰੇ ਪਾਸੇ ਸਰਦੇਵ ਸਿੰਘ ਢੀਂਡਸਾ ਵੀ ਤਾਂ ਘਰੇ ਬੈਠੇ ਆ ਨਾ,
ਪਰਮਿੰਦਰ ਢੀਂਡਸਾ ਵੀ ਘਰੇ ਬੈਠਾ ਹੈਗਾ, ਸਿਕੰਦਰ ਸਿੰਘ ਮਲੂਕਾ ਵੀ ਘਰੇ ਬੈਠਾ, ਤੇ ਸਗੋਂ ਪੋਸਟ ਪਾ ਰਹੇ ਹੈਗੇ ਆ ਕਿ ਮੋਦੀ ਨੂੰ ਸਪੋਰਟ ਕਰਨਾ ਚਾਹੀਦਾ ਅਗੇਂਸਟ ਦਾ ਪਾਰਟੀ ਲਾਈਨਸ। ਫਿਰ ਗਿੱਲ ਸਾਹਿਬ ਫਿਰ ਮਤਲਬ ਰਿਸ਼ਤੇਦਾਰ ਜਾਂ ਬਖਸ਼ਿਆ ਨਹੀਂ, ਜਵਾਈ ਭਾਈ ਬਖਸ਼ਿਆ ਨਹੀਂ ਕਹਿ ਰਹੋ ਬਾਦਲ ਪਰਿਵਾਰ ਨੇ, ਅਤੇ ਜਿਹੜੇ ਦੂਸਰੇ ਸੀ ਹੁਣ ਸਿਕੰਦਰ ਸਿੰਘ ਮਲੂਕਾ, ਚਲੋ ਢੀਂਡਸਾ ਸਾਹਿਬ ਬੀਬੀ ਜਗੀਰ ਕੌਰ ਚੁੱਪ ਨੇ ਘਰੇ ਬੈਠੇ ਨੇ, ਜਾਂ ਚਲੋ ਬੀਬੀ ਤਾਂ ਪ੍ਰਚਾਰ ਕਰਦੇ ਹੀ ਹੈ, ਢੀਂਡਸਾ ਸਾਹਿਬ ਚੁੱਪ ਨੇ, ਪਰ ਸਿਕੰਦਰ ਸਿੰਘ ਮਲੂਕਾ ਤਾਂ ਸ਼ਰਿਆਂ ਮੋਦੀ ਸਾਹਿਬ ਨੂੰ ਸਪੋਰਟ ਕਰਨ ਦੀ ਗੱਲ ਕਹਿ ਗਿਆ, ਉਹਦੇ 'ਤੇ ਕਾਰਵਾਈ ਕਿਉਂ ਨਹੀਂ? ਆਦੇਸ਼ ਪ੍ਰਤਾਪ 'ਤੇ ਕਿਉਂ ਹੈ? ਕਿਤੇ ਪਰਿਵਾਰ ਦੀਆਂ ਪੁਰਾਣੀਆਂ ਕਿਹੜਾ ਬਹੁਤ ਵੱਡੀ ਸਟੇਕ ਹੈਗੀ ਆ ਬਠਿੰਡਾ ਸੀਟ ਹੈ ਜਿਹੜੀ ਅਕਾਲੀ ਦਲ ਦੀ, ਜੇ ਅਕਾਲੀ ਦਲ ਉਹ ਸੀਟ ਰਿਟੇਨ ਨਾ ਕਰ ਸਕਿਆ ਉਹਦੇ ਸਮੀਕਰਨ ਕਰਕੇ ਇਹ ਡਰੇ ਬੈਠੇ ਹੈਗੇ ਆ, ਤਾਂ ਹੀ ਇਹ ਸਿਕੰਦਰ ਸਿੰਘ ਮਲੂਕੇ 'ਤੇ ਕੋਈ ਐਕਸ਼ਨ ਨਹੀਂ ਲੈ ਰਹੇ ਵੀ ਕਿਸੇ ਤਰ੍ਹਾਂ ਦਾ ਜਿੰਨੀ ਕੁ ਵੋਟ ਬਚਦੀ ਆ ਉਹ ਬਚਾ ਲਿੱਤੀ ਜਾਵੇ ਜੀ, ਕਿਉਂਕਿ ਉੱਥੇ ਚੈਲੰਜ ਬਹੁਤ ਵੱਡਾ ਹੈਗਾ। ਮਤਲਬ ਕਿ ਅੱਜ ਦੇ ਜੋ ਬਦਲੇ ਸਮੀਕਰਨ ਹੈਗੇ ਉਹਦੇ ਵਿੱਚ ਜੀਤ ਮਹਿੰਦਰ ਸਿੱਧੂ ਹੋਣੀ ਵੀ ਕਾਫੀ ਸਟਰੋਂਗ ਕੰਟੈਂਡਰ ਦਿਖਾਈ ਦੇ ਰਹੇ ਹੈਗੇ ਆ, ਨਾਲ ਗੁਰਮੀਤ ਸਿੰਘ ਖੁੱਡੀਆ ਹੈਗਾ ਕਰਕੇ, ਮਤਲਬ ਕਿ ਬੜੀ ਫਸਮੀ ਫਾਈਟ ਹੈਗੀ ਆ ਉੱਥੇ। ਜਿਹੜਾ ਗਿੱਲ ਸਾਹਿਬ ਪ੍ਰਧਾਨ ਮੰਤਰੀ ਮੋਦੀ ਸਾਹਿਬ ਨੇ ਫਿਰ ਦੌਰਾ ਰੱਖ ਲਿਆ 30 ਤਰੀਕ ਦਾ, ਰਾਜਨਾਥ ਸਿੰਘ, ਅਮਿਤ ਸ਼ਾਹ, ਪੁਸ਼ਕਰ ਧਾਮੀ, ਪ੍ਰੀਤੀ ਸਪਰੂ ਕਹੀ ਜਾਂਦੇ ਆ, ਅਸੀਂ 3 ਗੁਰਦੁਆਰੇ ਸਿੱਖਾਂ ਨੂੰ ਵਾਪਸ ਦਵਾਵਾਂਗੇ, ਕਹਿੰਦਾ ਤੂੰ ਕੌਣ ਮੈਂ ਖਾਮ ਖਾ। ਮਤਲਬ ਸਿੱਖ ਜਿਹੜੇ ਦੂਸਰੇ ਧਰਮ ਦੀ ਰਾਖੀ ਕਰਨ ਦੇ ਲਈ ਇਤਿਹਾਸ ਬਣਾ ਚੁੱਕੇ ਨੇ, ਉਹਨਾਂ ਨੂੰ ਇਹ ਭਰੋਸਾ ਦੇ ਰਹੀ ਹੈ ਪ੍ਰੀਤੀ ਸਪਰੂ, ਨਾ 3 'ਚ ਨਾ 13 'ਚ, ਕਹਿੰਦੀ ਭਾਜਪਾ ਨੂੰ ਸਹਿਯੋਗ ਕਰੋ, ਅਸੀਂ ਸਿੱਖਾਂ ਨੂੰ ਗੁਰਦੁਆਰੇ ਵਾਪਸ ਦਵਾਵਾਂਗੇ। ਪਹਿਲਾਂ ਮਨਜਿੰਦਰ ਸਿੰਘ ਸਿਰਸਾ ਇਹੀ ਡਾਂਗਮਾਰ, ਗਿਆਨ ਗੋਦੜੀ, ਮੰਗੂ ਮੱਠ ਗੁਰਦੁਆਰੇ ਦਾ ਵਾਸਤਾ ਪਾ ਕੇ ਬੀਜੇਪੀ 'ਚ ਸ਼ਾਮਲ ਹੋਇਆ, ਅਤੇ ਸਿੱਖ ਕੌਮ ਵਾਕਈ ਨਿਰਬਲ ਹੈ ਕਿ ਉਹਨਾਂ ਨੂੰ ਭਾਜਪਾ ਦੇ ਰਹਿਮੋ ਕਰਮ 'ਤੇ ਬਲਜੀਤ ਸਿੰਘ ਦਾਦੂ ਵਾਲਾ ਹੈ, ਉਹ ਕਹਿੰਦਾ ਮੋਦੀ ਸਾਹਿਬ ਨੂੰ ਬਹੁਮਤ ਦਿਓ। ਜਿਹੜੇ ਇਹ ਸਿੱਖਾਂ ਦੇ ਸੋ ਕਾਲਡ ਹਤੈਸ਼ੀ ਨੇ ਜਾਂ ਸੋ ਕਾਲਡ ਰੋਲ ਮਾਡਲ ਨੇ, ਬਾਦਲਾਂ ਨੂੰ ਛੱਡ ਕੇ ਦਾਦੂ ਵਾਲ ਹੋਰਾਂ ਨੂੰ ਲਿਆਂਦਾ ਸੀਗਾ, ਅਤੇ ਉਹ ਫਿਰ ਬੀਜੇਪੀ ਦੇ ਚਰਨੀ ਬੈਠੇ ਨੇ, ਅਤੇ ਲੋਕ ਜਾਣ ਅਤੇ ਜਾਣ ਕਿਧਰੇ? ਸੁਖਬੀਰ ਅਲਾਨੀਆ ਕਹਿ ਚੁੱਕੇ ਨੇ ਕਿ RSS ਨੇ 3 ਤਖ਼ਤ ਕਬਜ਼ੇ 'ਚ ਕਰ ਲਏ ਨੇ। ਇਹ ਮਤਲਬ ਕਿ ਨਾ ਇਸ ਟਾਈਮ ਤੇ ਜਿਹੜਾ ਕੁਸਚਨ ਹੈ ਨਾ ਵੱਡਾ, ਵੀ ਇਹ ਝੂਠੇ ਖੁਦਾ ਮਿਲ ਕੇ ਡਬੋ ਦੇਣਗੇ ਸਾਫੀਆਨਾ, ਤੁਮ ਹਾਦੀ ਬਰ ਹੱਕ ਕੋ ਸਦਾ ਕਿਉਂ ਨਹੀਂ ਦਿੱਤੇ। ਇਹਦਾ ਹੈਗਾ ਵੀ ਅਜੇ ਝੂਠੇ ਰੱਬ ਨੇ ਨਾ ਮਿਲ ਕੇ ਬੇੜਾ ਡੋਬਣ ਆਏ ਆ ਆਪਣਾ। ਸਹੀ ਗੱਲ, ਮਤਲਬ ਕਿ ਇਹ ਜਿਹੜੇ ਬਣੇ ਹੋਏ ਆ ਮਲਾਹਾ ਕਿਸ਼ਤੀ ਦੇ, ਆਪ ਤਾਂ ਤਰਨਾ ਜਾਣਦੇ ਨੀਗੇ, ਤੇ ਲੋਕਾਂ ਨੂੰ ਕਹਿ ਰਹੇ ਆ ਕਿ ਆਪਾਂ ਤੁਹਾਡੀ ਕਿਸ਼ਤੀ ਕੰਢੇ ਲਾ ਦਾਂਗੇ। ਮਤਲਬ ਇਹ ਚੀਜ਼ਾਂ ਜਿਹੜੀਆਂ ਠੀਕ ਆ, ਡੈਸਪਰੇਟ ਹੈਗੀ ਆ ਭਾਰਤੀ ਜਨਤਾ ਪਾਰਟੀ ਬਹੁਤ, ਕਿਉਂਕਿ ਜਿਸ ਤਰ੍ਹਾਂ ਦਾ ਉਹਨਾਂ ਦਾ ਮਿਸਟਰ ਨਰਿੰਦਰ ਮੋਦੀ ਦਾ ਪਹਿਲਾ ਪ੍ਰਾਈਮ ਮਿਨਿਸਟਰ ਦਾ ਦੌਰਾ ਰਿਹਾ ਹੈਗਾ 2 ਦਿਨ ਪਹਿਲੇ ਜਿਹੜਾ ਹੋਇਆ, ਉਹਦੇ ਵਿੱਚ ਕੋਈ ਬਹੁਤਾ ਰਿਸਪੋਂਸ ਨਹੀਂ ਮਿਲਿਆ ਉਹਨਾਂ ਨੂੰ, ਨਾ ਹੀ ਉਹ ਕੋਈ ਪੰਜਾਬ ਦੇ ਲਈ ਕੋਈ ਵਿਜ਼ਨ ਸਿਰਜ ਸਕੇ ਆ, ਨਾ ਪੰਜਾਬ ਦੇ ਮੁੱਦੇ ਬਾਰੇ ਕੋਈ ਉਹਨਾਂ ਨੇ ਜ਼ਿਕਰ ਵੀ ਕੀਤਾ ਹੈਗਾ, ਨਾ ਈਵਨ ਫਾਰਮਰਸ ਇਸ਼ੂ ਟੱਚ ਕੀਤੇ ਆ, ਨਾ ਪੰਜਾਬ ਦੇ ਜਿਹੜੇ ਲਿੰਗਰਿੰਗ ਇਸ਼ੂਜ਼ ਹੈਗੇ ਆ ਉਹਨਾਂ ਬਾਰੇ ਕੋਈ ਗੱਲ ਕੀਤੀ ਹੈਗੀ ਆ। ਹੋਰ ਹੀ ਆਪਣੀਆਂ ਸਾਂਝਾਂ ਜਿਹੜੀਆਂ ਦੱਸ ਕੇ ਵੀ ਸਾਡੀ ਤਾਂ ਬਲੱਡ ਟਾਈਸ ਹੈਗੀਆਂ ਨੇ 5 ਪਿਆਰਿਆਂ ਵਿੱਚੋਂ, ਹੋਰ ਜਿਹੜੇ ਸੀਗੇ ਮਤਲਬ ਕਿ ਤੁਸੀਂ ਮਿਥੋਲੋਜੀਕਲ ਗੱਲਾਂ ਕਰਕੇ ਉਹ ਚਲੇ ਗਏ ਹੋਏ ਆ। ਇਸੇ ਤਰ੍ਹਾਂ ਕੱਲ ਜਿਹੜਾ ਅਮਿਤ ਸ਼ਾਹ ਹੋਮ ਮਿਨਿਸਟਰ ਨੇ ਇੰਡੀਆ ਦੇ, ਉਹਨਾਂ ਦਾ ਵੀ ਬੜਾ ਕੈਟਾਗੋਰੀਕਲੀ ਜਿਹੜੀ ਸਟੇਟਮੈਂਟ ਸੀਗੀ ਵੀ ਕਿਸੇ ਕੀਮਤ ਤੇ ਵੀ ਅਸੀਂ ਸਜ਼ਾਵਾਂ ਮਾਫ਼ ਨਹੀਂ ਕਰਾਂਗੇ।
ਉਹ ਇੱਕ ਬੜੀ ਵੱਡੀ ਸਟੇਟਮੈਂਟ ਸੀਗੀ ਉਹਨਾਂ ਨੇ ਜਿਹੜੀ ਸੰਬੋਧਨ ਕੀਤਾ ਭਾਵੇਂ ਰਵਨੀਤ ਬਿੱਟੂ ਨੂੰ ਵੀ ਜਿਹੜਾ ਇਹਨਾਂ ਦੇ ਹੈਗਾ ਦਾਦੇ ਵਾਲੇ ਕਤਲ ਦੇ ਕੇਸ ਦੇ ਵਿੱਚ ਉਹਦੇ ਉਹਨਾਂ ਨੇ ਸਪੈਸ਼ਲ ਰੈਫਰੈਂਸ ਦਿੱਤਾ ਹੈਗਾ। ਸੋ ਇਹ ਪਾਰਟੀ ਲਾਈਨ ਗਿੱਲ ਸਾਹਿਬ ਇੱਕ ਥੋੜ੍ਹਾ ਜਿਹਾ ਪੁਆਇੰਟ ਮੈਂ ਇਹ ਵੀ ਲਵਾਂਗਾ, ਦੇਖੋ ਦੇਸ਼ ਦਾ ਗ੍ਰਹਿ ਮੰਤਰੀ ਹੈ, ਸਾਰੀ ਪਾਵਰ ਉਹਨਾਂ ਕੋਲ ਹੈ, ਕਿਉਂਕਿ ਹਰ ਛੋਟੇ ਮੋਟੇ ਬੰਦੇ ਦੀ ਵੀ ਹੁੰਦੀ ਹੈ ਕਿ ਜਿਹੜੀ ਉਹਨੇ ਗੱਲ ਕਹੀ ਉਹਨੂੰ ਪੂਰ ਚੜ੍ਹਾ ਦੇਵੇ ਜਾਂ ਉਹਦੇ ਮੁਤਾਬਕ ਹੋ ਜਾਵੇ। ਪੱਤਰਕਾਰ ਵੀ ਕੋਈ ਗੱਲ ਕਹਿੰਦਾ, ਕੋਈ ਕਿਆਸ ਰਾਈ ਕਰਦਾ, ਭਵਿੱਖਬਾਣੀ ਕਰਦਾ, ਉਹਨੂੰ ਵੀ ਲੱਗਦਾ ਕਿ ਮੇਰੀ ਗੱਲ ਸੱਚ ਹੋ ਜਾਵੇ। ਹੁਣ ਅਮਿਤ ਸ਼ਾਹ ਕੱਲ੍ਹ ਲੁਧਿਆਣਾ 'ਚ ਬਿਆਨ ਦੇ ਗਏ ਨੇ ਕਿ ਜਲਦੀ ਪੰਜਾਬ ਸਰਕਾਰ ਟੁੱਟੇਗੀ। ਜੇ ਗ੍ਰਹਿ ਮੰਤਰੀ ਇੱਕ ਸੂਬੇ 'ਚ ਆ ਕੇ ਜਿਹਦੇ ਕੋਲ 92 ਸੀਟਾਂ ਨੇ, ਪਹਿਲਾਂ ਵੀ ਆਪਰੇਸ਼ਨ ਲੁੱਟਸ ਬੜਾ ਬਦਨਾਮ ਰਿਹਾ, ਇਹ ਜਿਹੜਾ ਬਿਆਨ ਦੇ ਜਾਂਦਾ ਕਿ ਪੰਜਾਬ ਸਰਕਾਰ ਜਲਦ ਟੁੱਟੇਗੀ, ਕਿਸ ਪਾਸੇ ਇਸ਼ਾਰਾ ਕਿ ਚੋਣਾਂ ਤੋਂ ਬਾਅਦ ਕੋਈ ਸਖ਼ਤ ਕਾਰਵਾਈ ਹੋ ਸਕਦੀ ਹੈ ਪੰਜਾਬ ਸਰਕਾਰ 'ਤੇ, ਜਾਂ ਕਿਸ ਹੈਸੀਅਤ 'ਚ ਬਿਆਨ ਦੇ ਰਿਹਾ? ਮੇਰਾ ਖਿਆਲ ਬੜੀ ਮਿਸਲੀਡਿੰਗ ਸਟੇਟਮੈਂਟ ਸੀਗੀ, ਬਹੁਤ ਗਲਤ, ਨਿਹਾਇਤ ਗਲਤ। ਇਸ ਚੀਜ਼ ਦੇ ਨਾਲ ਸ਼ੋਅ ਕਰਦੇ ਆ ਵੀ ਡੈਮੋਕ੍ਰੇਸੀ ਕਿੱਥੇ ਖੜੀ ਹੈ ਅੱਜ ਭਾਰਤ ਦੀ, ਅਤੇ ਕਿਸ ਤਰ੍ਹਾਂ ਇੱਕ ਆਟੋਕ੍ਰੈਟਿਕ ਰੂਲ ਦੇ ਵਿੱਚ ਬਦਲ ਰਿਹਾ ਹੈਗਾ ਜਿਹੜਾ ਭਾਰਤੀ ਨਿਜ਼ਾਮ ਹੈਗਾ। ਮਤਲਬ ਕਿ ਇੱਥੇ ਜਿਹੜੀ ਵਿਮਸੀਕਲ ਪੋਲੀਟਿਕਸ ਹੈਗੀਆਂ ਨੇ ਸਿਰਫ ਦੋ ਪਰਸਨਸ ਦੇ ਆਲੇ ਦੁਆਲੇ ਭਾਰਤ ਦੀ ਸਿਆਸਤ ਘੁੰਮ ਰਹੀ ਹੈਗੀ ਆ, ਉਹੀ ਮਤਲਬ ਕਿ ਚੀਜ਼ ਹੈਗੀ ਆ। ਪਰ ਇਹ ਕਿਸੇ ਹਰ ਕੀਮਤ 'ਤੇ ਪੰਜਾਬ ਦੇ ਵਿੱਚ ਆਪਣੀ ਪ੍ਰੈਜੈਂਸ ਲਾਉਣਾ ਚਾਹੁੰਦੇ ਹੈਗੇ, ਜਿਹੜੀ ਕਿ ਬੜੀ ਮੁਸ਼ਕਲ ਦਿਖ ਰਹੀ ਹੈਗੀ ਅੱਜ ਦੇ ਹਾਲਾਤ ਦੇ ਵਿੱਚ। ਤੁਸੀਂ ਦੇਖੋ ਕੱਲ੍ਹ ਜਦੋਂ ਅਮਿਤ ਸ਼ਾਹ ਆਏ, ਉਸ ਤੋਂ ਪਹਿਲੇ ਸੁਨੀਲ ਜਾਖੜ ਬੋਲੇ, ਜਿਹੜੇ ਪ੍ਰਧਾਨ ਆ ਭਾਰਤੀ ਜਨਤਾ ਪਾਰਟੀ, ਉਹਨਾਂ ਨੇ ਕਿਸਾਨੀ ਬਾਰੇ ਜ਼ਿਕਰ ਕੀਤਾ ਵੀ ਇੱਕ ਵਪਾਰੀ ਤੋਂ 6.5 ਕਰੋੜ ਰੁਪਇਆ ਗਰਾਇਆ ਗਿਆ ਹੈਗਾ ਧਰਨਾ ਲਾ ਕੇ। ਜੇ ਉਹਨਾਂ ਕੋਲੇ ਇਹ ਪੁਖਤਾ ਸਬੂਤ ਹੈਗੇ, ਇਹ ਤਾਂ ਇੱਕ ਕ੍ਰਿਮੀਨਲ ਐਕਟੀਵਿਟੀ ਆ ਨਾ, ਬਿਲਕੁਲ। ਤੇ ਯੂਨੀਅਨ ਹੋਮ ਮਿਨਿਸਟਰ ਤੁਹਾਡੇ ਸਾਹਮਣੇ ਬੈਠਾ ਹੈਗਾ, ਜਿਹਨਾਂ ਕੋਲੇ ਅਥਾਹ ਸ਼ਕਤੀ ਹੈਗੀ ਆ, ਇੰਨੀਆਂ ਏਜੰਸੀਜ਼ ਨੇ ਕਿਵੇਂ ਆ, ਤਾਂ ਫਿਰ ਇਹ ਚੀਜ਼ ਪ੍ਰੋਵ ਹੋਣੀ ਚਾਹੀਦੀ ਹੈਗੀ ਆ, ਬਿਲਕੁਲ। ਪਤਾ ਲੱਗਣਾ ਚਾਹੀਦਾ ਸਾਨੂੰ ਵੀ ਕੀ ਅਸਲ ਸੱਚਾਈ ਕੀ ਹੈਗੀ। ਬਦਨਾਮ ਕਰਦੇ ਆ ਜੀ, ਮਤਲਬ ਟੋਟਲੀ ਉਹਨਾਂ ਨੂੰ ਮਿਸਲੀਡਿੰਗ ਸਟੇਟਮੈਂਟਸ ਦੇ ਕੇ ਇਹਨਾਂ ਨੇ ਕਿਸਾਨੀ ਦੇ ਮੁੱਦਿਆਂ ਦੀ ਤਾਂ ਗੱਲ ਕਰਨੀ ਨਹੀਂ ਹੈਗੀ, ਸਗੋਂ ਹੋਰ ਇਸ਼ੂਸ ਨੂੰ ਉਠਾ ਕੇ ਜਿਹੜੇ ਕਿ ਮਤਲਬ ਇੱਕ ਤਰ੍ਹਾਂ ਦਾ ਕਿਆਸਕਾਰੀ ਦੇ ਇਸ਼ੂ ਉਠਾਏ ਗਏ ਨੇ, ਜਾਂ ਤਾਂ ਉਹ ਫਿਰ ਪੁਖਤਾ ਸਬੂਤ ਦੇਣ ਇਸ ਗੱਲ ਬਾਰੇ, ਤਾਂ ਕਿ ਪਤਾ ਹੀ ਲੱਗਣਾ ਚਾਹੀਦਾ ਵੀ ਵਾਕਈ ਇਹ ਐਕਸਟੋਰਸ਼ਨਸ ਕਰ ਰਹੇ ਹੈਗੇ ਕਿਸਾਨ ਜਿਹੜੀਆਂ ਜਥੇਬੰਦੀਆਂ ਨੇ। ਇੰਨੇ ਜੋਗੇ ਕਿੱਥੇ ਵਿਚਾਰੇ, ਇਹ ਠੀਕ ਆ ਕੋਈ ਕਰਜ਼ੇ ਕੁਰਜ਼ੇ ਦਾ ਪੁਰਾਣਾ ਰੌਲਾ ਹੋਏਗਾ, ਹੁਣ ਤੁਸੀਂ ਵੇਖੋਗੇ ਉਹਨੂੰ ਹੋਟਲ ਦਾ ਮਾਲਕ ਬਣਾ ਕੇ ਕਹਿੰਦਾ ਉਹਨੂੰ, ਮਤਲਬ ਟਰੋਲ ਕੀਤਾ ਗਿਆ ਸੋਟੀ ਵਾਲੇ ਬਾਬੇ ਨੂੰ, ਖੋਂਡੇ ਵਾਲੇ ਬਾਬੇ ਰੁਲਦੂ ਸਿੰਘ ਮਾਨਸਾ ਨੂੰ, ਸੋ ਇੱਕ ਏਜੰਡਾ ਸੈੱਟ ਕਰਦੇ ਆ। ਬਿਲਕੁਲ ਬਿਲਕੁਲ। ਇਸ ਦੌਰਾਨ ਗਿੱਲ ਸਾਹਿਬ ਕਿਸਾਨੀ ਧਿਰਾਂ ਦਾ ਵੱਡੀ ਰੈਲੀ ਗ੍ਰਾਹਾਂ ਗਰੁੱਪ ਦੀ ਵੀ ਹੋਈ, ਦੂਸਰੇ ਵੀ ਕਰ ਰਹੇ ਨੇ, ਅਤੇ ਐਸ ਕੇ ਐਮ ਪੰਜਾਬ ਤੋਂ ਬਾਹਰਲਾ ਹਰਿਆਣਾ ਨੇ ਬਹੁਤ ਵਿਰੋਧ ਕੀਤਾ, ਅੰਦਰੋਂ ਅੰਦਰ ਹੀ ਹਰਿਆਣਾ ਦੇ ਲੋਕਾਂ ਨੇ ਬੀਜੇਪੀ ਦਾ ਬਹੁਤ ਵਿਰੋਧ ਕੀਤਾ, ਉਹ ਵੋਟਾਂ 'ਚ ਵੀ ਦਿਸ ਰਿਹਾ, ਭਾਵੇਂ ਉਹ ਕਿਸਾਨੀ ਜਾਂ ਹੋਰ ਮੁੱਦਿਆਂ ਨੂੰ ਲੈ ਕੇ ਇੱਕਜੁੱਟ ਨਹੀਂ ਸੀ, ਪਰ ਆਵਾਮ ਨੇ ਜਾਂ ਐਂਟੀ ਇਨਕੰਬੈਂਸੀ ਕਹਿ ਲਈਏ, ਬਹੁਤ ਜ਼ਿਆਦਾ ਵਿਰੋਧ ਬੀਜੇਪੀ ਦਾ ਹਰਿਆਣਾ 'ਚ ਹੋਇਆ। ਪਰ ਪੰਜਾਬ 'ਚ ਜਿਹੜਾ ਵਿਰੋਧ ਹੁੰਦਾ ਉਹ ਹਿੰਦੂ ਸਿੱਖ ਦਾ ਬਣ ਜਾਂਦਾ ਜਾਂ ਜੱਟ ਅਤੇ ਦਲਿਤ ਦਾ ਬਣ ਜਾਂਦਾ, ਜਿਵੇਂ ਹੰਸਰਾਜ ਵਰਗੇ ਕੁਛ ਲੋਕ ਇਸ ਤਰ੍ਹਾਂ ਵਾਸਤਾ ਪਾਉਂਦੇ ਨੇ, ਵੈਣ ਪਾਉਂਦੇ ਨੇ ਕਿ ਮੇਰੇ ਤਾਂ ਮੌਤ ਬਿਲਕੁਲ ਨੇੜੇ ਸੀ, ਕਿਸਾਨ ਤਾਂ ਮੈਨੂੰ ਖਤਮ ਕਰਨ ਦੇ ਤੁਲੇ ਸੀ, ਮੇਰਾ ਤਾਂ ਆਖਰੀ ਸਮਾਂ ਆ ਗਿਆ ਸੀ, ਡਰਾਮਾ ਕਿੰਗ ਪੂਰਾ। ਕਿਸਾਨ ਦੂਜਿਆਂ ਦਾ ਵੀ ਵਿਰੋਧ ਕਰਦੇ ਨੇ, ਅਨਮੋਲ ਦਾ ਵੀ ਕਰਦੇ ਨੇ, ਕਰਮਜੀਤ ਦਾ, ਹੋਰਾਂ ਦਾ ਵੀ ਕਰਦੇ ਨੇ, ਪਰ ਇਸ ਦੌਰਾਨ ਜੇ ਦੇਖਿਆ ਜਾਵੇ ਪੰਜਾਬ ਤੋਂ ਲੈ ਕੇ ਦਿੱਲੀ ਤੱਕ ਜਾਂ ਜਿੱਥੇ ਜਿੱਥੇ ਵੀ ਕਿਸਾਨੀ ਬੈਲਟ ਜਾਂ ਕਿਸਾਨੀ ਆਗੂ ਨੇ, ਕੀ ਇਹ ਵੋਟ 'ਤੇ ਚੋਟ ਕਰ ਸਕੇ ਜਾਂ ਇਹਨਾਂ ਦੀਆਂ ਕੋਈ ਮਜਬੂਰੀਆਂ ਰਹਿ ਗਈਆਂ?
ਨਹੀਂ ਪਰ ਜਿਹੜੀ ਕੱਲ ਅਗਰਾਹਾਂ ਗਰੁੱਪ ਨੇ ਕੀਤੀ ਹੈ ਨਾ ਮੀਟਿੰਗ, ਬਰਨਾਲਾ ਚ ਭਰਮੀ ਮੀਟਿੰਗ ਸੀਗੀ ਬਰਨਾਲਾ ਜਿਹੜੀ ਉੱਥੇ ਕੀਤੀ ਗਈ ਦਾਣਾ ਮੰਡੀ ਬਰਨਾਲਾ ਚ, ਦਾਣਾ ਮੰਡੀ ਵਿੱਚ ਕਹਿੰਦੇ ਉਹ ਬਹੁਤ ਵੱਡੀ ਮੰਡੀ ਆ ਵੈਸੇ ਵੀ। ਉੱਥੇ ਜਿਹੜੀ ਅੱਜ ਤਾਂ ਨਾ ਤਾਂ ਇੰਨਾ ਘੱਟ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਦੇ ਹੋਇਆ, ਨਾ ਈਵਨ ਰਾਹੁਲ ਗਾਂਧੀ ਦੇ ਜਿਹੜੀ ਉਹਨਾਂ ਨੇ ਐਡਰੈਸ ਕੀਤਾ ਅੰਮ੍ਰਿਤਸਰ ਦੇ ਵਿੱਚ, ਨਾ ਉੱਥੇ ਇੰਨਾ ਘੱਟ ਸੀ ਜਿੰਨਾ ਗ੍ਰਾਹਾਂ ਦੇ ਗਰੁੱਪ ਕੋਲ ਘੱਟ ਹੋਇਆ ਹੈਗਾ। ਪਰ ਉੱਥੇ ਉਹਨਾਂ ਨੇ ਕਿਹਾ ਵੀ ਆਪਾਂ ਵੋਟ ਤੋਂ ਕੀ ਲੈਣਾ ਹੈਗਾ, ਇਹ ਬੜੀ ਟ੍ਰਬਲਿੰਗ ਸਟੇਟਮੈਂਟ ਹੈਗੀ ਹੈ। ਇਹ ਠੀਕ ਹੈ ਵੀ ਉਹਨਾਂ ਕਹਿੰਦਾ ਬੀਜੇਪੀ ਹਰਾਓ, ਪਰ ਉਹਨਾਂ ਨੂੰ ਤਾਂ ਸਗੋਂ ਕਹਿਣਾ ਚਾਹੀਦਾ, ਇਨਕਰੇਜ ਕਰਨਾ ਚਾਹੀਦਾ ਫਾਰਮਰਸ ਨੂੰ ਵੀ ਤੁਸੀਂ ਵੱਧ ਚੜ੍ਹ ਕੇ ਵੋਟ ਪਾਓ, ਤਾਂ ਕਿ ਆਪਾਂ ਵੋਟ ਦੀ ਸ਼ਕਤੀ ਰਾਹੀਂ ਬੀਜੇਪੀ ਦਾ ਜਿਹੜਾ ਰੱਥ ਹੈਗਾ ਰੋਕਿਆ ਜਾ ਸਕੇ। ਮਤਲਬ ਇਸ ਚੀਜ਼ ਇਹ ਚੀਜ਼ ਇੱਕ ਬੈਫਲਿੰਗ ਸੀਗੀ। ਬਾਕੀ ਤਾਂ ਬੜੀ ਭਰਮੀ ਰੈਲੀ ਹੋਈ ਹੈਗੀ, ਉਹ ਤੇ ਬੜਾ ਮਤਲਬ ਕਿ ਸਕਸੈਸਫੁਲ ਆਪਾਂ ਰੈਲੀ ਉਹਨੂੰ ਕਹਿ ਸਕਦੇ ਹੈਗੇ। ਸੋ ਇੱਥੇ ਇਹ ਚੀਜ਼ ਸ਼ੋ ਕਰਦੀ ਹੈ ਕਿ ਲੋਕਾਂ ਚ ਹਜੇ ਪੂਰੀ ਤਰ੍ਹਾਂ ਜਜ਼ਬਾ ਹੈਗਾ ਪੰਜਾਬ ਚ, ਵੀ ਜੇ ਉਹ ਇੰਨੀ ਸ਼ਕਤੀ ਵੀ ਰੱਖਦੇ ਆ ਵੀ ਜੇ ਉਹ ਇਕੱਠੇ ਹੋ ਜਾਣ ਤਾਂ ਉਹ ਰੁੱਖ ਆਪਣਾ ਬਦਲ ਸਕਦੇ ਹੈਗੇ, ਸਿਆਸਤ ਦਾ ਵੀ ਬਦਲ ਸਕਦੇ ਹੈਗੇ ਆ, ਤੇ ਜਿਹੜੇ ਹੋਰ ਹੁਕਮਰਾਨ ਹੈਗੇ ਆ ਇਹਨਾਂ ਦੀਆਂ ਵੀ ਜਿਹੜੀਆਂ ਬਣੀਆਂ ਹੋਈਆਂ ਨੀਤੀਆਂ ਉਹਨਾਂ ਨੂੰ ਵੀ ਮੋੜ ਸਕਦੇ ਹੈਗੇ ਆ। ਆਮ ਆਦਮੀ ਪਾਰਟੀ ਦੀ ਦਸ਼ਾ ਅਤੇ ਦਿਸ਼ਾ ਦਾ ਪੰਜਾਬ 'ਚ ਜੇ ਹਾਲਾਤ ਵੇਖਿਆ ਜਾਵੇ, ਗਿੱਲ ਸਾਹਿਬ ਦਿੱਲੀ ਤੋਂ ਵਿਹਲੇ ਹੋ ਕੇ ਕੇਜਰੀਵਾਲ ਸਾਹਿਬ 5 ਦਿਨ ਪੰਜਾਬ 'ਚ ਡਟ ਗਏ ਨੇ, ਨਾਲ ਨਾਲ ਬੀਜੇਪੀ ਆ ਗਈ ਹੈ, ਪਰ ਕਾਂਗਰਸ ਦੇ ਵੀ ਵੱਡੇ ਲੀਡਰ ਪਹੁੰਚੇ ਨੇ, ਪ੍ਰਿਅੰਕਾ ਪਹੁੰਚੀ ਹੈ, ਰਾਹੁਲ, ਦੂਸਰੇ ਲੋਕ ਵੀ ਪਹੁੰਚ ਰਹੇ ਨੇ, ਪਰ ਇਸ ਦੌਰਾਨ ਸੰਗਰੂਰ ਸ਼ਾਇਦ ਕੰਨੀ ਦੇ ਕਿਆਰੇ ਵਾਂਗੂ ਸੁੱਕਾ ਹੈ। ਸੁਖਪਾਲ ਖਹਿਰਾ ਦੀ ਸੀਟ ਦਾ ਕੀ ਸਮੀਕਰਨ ਹੈ, ਜਾਂ ਹੋਰ ਖਾਸ ਸੀਟ ਦੀ ਕਿਸੇ ਦੀ, ਖਡੂਰ ਸਾਹਿਬ ਦੀ ਗੱਲ ਕਰੀਏ, ਉੱਥੇ ਅੰਮ੍ਰਿਤ ਪਾਲ ਬਨਾਮ ਬਿਰਸਾ ਸਿੰਘ ਬਲਟੋਹਾ ਹੀ ਲੜਾਈ ਰਹਿ ਗਈ ਹੈ, ਅਤੇ ਕੀ ਸਥਿਤੀ ਹੈ ਆਮ ਆਦਮੀ ਪਾਰਟੀ ਦੀ, ਕਿਉਂਕਿ ਵਿਭਵ ਕੁਮਾਰ ਜੋ ਪੀ ਏ ਨੇ ਕੇਜਰੀਵਾਲ ਦੇ, ਉਹਨਾਂ 'ਤੇ ਵੀ ਵੱਡਾ ਫੈਸਲਾ ਅੱਜ ਆਇਆ, ਅਤੇ ਇਸ ਦੇ ਨਾਲ ਨਾਲ ਕੇਜਰੀਵਾਲ ਨੇ ਆਪਣੀ ਸਿਹਤ ਦਾ ਹਵਾਲਾ ਦੇ ਕੇ 7 ਦਿਨ ਮੋਹਲਤ ਹੋਰ ਮੰਗ ਲਈ ਹੈ, ਤੇ ਕੀ ਸਮੀਕਰਨ ਆਮ ਆਦਮੀ ਪਾਰਟੀ ਦੇ ਬਣ ਰਹੇ ਨੇ ਪੰਜਾਬ 'ਚ ਜਿਹੜੀ ਹੈ ਨਾ। ਪਹਿਲੇ ਤਾਂ ਆਪਾਂ ਜਿਹੜਾ ਪੀ ਏ ਹੈਗਾ ਇਹਦਾ ਕੇਜਰੀਵਾਲ ਦਾ, ਉਹਦੇ 'ਤੇ ਗੱਲ ਕਰ, ਸਵਾਤੀ ਮਾਲੀਵਾਲ ਦੀ ਮੈਂ ਇੰਟਰਵਿਊ ਸੁਣ ਰਿਹਾ ਸੀਗਾ, ਜਿਸ ਤਰ੍ਹਾਂ ਉਹਨੇ ਐਕਸਪਲੇਨ ਕੀਤੀ ਆ ਬਰੂਟੈਲਿਟੀ ਜੀ, ਉਹ ਵੀ ਇੱਕ ਚੀਫ ਮਿਨਿਸਟਰ ਦੇ ਡਰਾਇੰਗ ਰੂਮ ਦੇ ਵਿੱਚ, ਘਰ ਦੇ ਵਿੱਚ, ਉਹ ਸ਼ੋ ਕਰਦੀ ਆ ਕਿ ਜਿਹੜਾ ਅਰਵਿੰਦ ਕੇਜਰੀਵਾਲ ਜਾਂ ਇਹਨਾਂ ਦਾ ਗਰੁੱਪ ਹੈਗਾ ਕਿਹੜੀ ਮਾਨਸਿਕਤਾ ਦਾ ਮਾਲਕ ਹੈਗਾ। ਮਤਲਬ ਕਿ ਦਾਅਵਾ ਇਹ ਕੀ ਕਰਦੇ ਹੈਗੇ ਆ, ਪੂਰਨ ਸਵਰਾਜ ਦਾ ਜਾਂ ਹੋਰ ਗੱਲਾਂ ਕਰਦੇ ਹੈਗੇ ਆ, ਪਰ ਚੀਜ਼ ਜਿਹੜੀ ਅਸਲ ਸੱਚਾਈ ਆ ਉਹ ਸਵਾਤੀ ਮਾਲੀਵਾਲ ਐਕਸਪਲੇਨ ਕਰ ਰਹੀ ਹੈਗੀ ਕਿ ਉਹਦੇ ਬਾਰੇ ਬੋਲਣਗੇ ਕੇਜਰੀਵਾਲ। ਇੱਕ ਵੀ ਇਹਨਾਂ ਨੇ ਕੋਈ ਸਾਰਥਿਕ ਉਹਦੇ ਬਾਰੇ ਟਿੱਪਣੀ ਕੀਤੀ ਨਹੀਂ ਹੈਗੀ। ਬਿਲਕੁਲ, ਇਹ ਚੀਜ਼ ਮਤਲਬ ਕਿ ਸ਼ੋ ਕਰਦੀ ਹੈ ਕਿ ਇਹਨਾਂ ਦੀ ਔਰਤ ਪ੍ਰਤੀ ਕੀ ਸੋਚ ਹੈਗੀ। ਦੂਜੇ ਪਾਸੇ 1,000 ਰੁਪਇਆ ਦੇਣ ਦਾ ਦਾਅਵਾ ਕਰਦੇ ਆ ਇਹ, ਸੋ ਇਹਨਾਂ ਦਾ ਤਾਂ ਮੇਰੇ ਖਿਆਲ ਬਿਲਕੁਲ ਹੀ ਜਿਹੜਾ ਹੈਗਾ ਐਕਸਪੋਜ਼ ਹੋ ਚੁੱਕਿਆ ਕਲਚਰ ਹੈਗਾ। ਭਾਵੇਂ ਇਹ ਕਿੰਨੇ ਮਰਜ਼ੀ ਦਾਅਵੇ ਕਰੀ ਜਾਣ ਪੰਜਾਬ 'ਚ ਆ ਕੇ, ਠੀਕ ਹੈ ਤਾਂ ਹੁਣ ਸਮਾਂ 4 ਤਰੀਕ ਨੂੰ ਦੱਸੂਗਾ ਵੀ 13-0 ਹੁੰਦੇ ਆ ਕਿ 0-13 ਹੁੰਦੇ ਆ, ਪਰ ਫਿਰ ਵੀ ਇਹ ਕੰਟੈਂਡਰ ਹੈਗੇ ਆ ਪੰਜਾਬ 'ਚ। ਮਤਲਬ ਹੋਰ ਕਿਉਂਕਿ ਕੋਈ ਬਦਲ ਉੱਠ ਨਹੀਂ ਰਿਹਾ ਹੈਗਾ, ਅਕਾਲੀ ਦਲ ਆਪਣੇ ਆਪ ਨੂੰ ਰਿਵਾਈਵ ਨਹੀਂ ਕਰ ਸਕਿਆ ਹੈਗਾ। ਕਾਰਨ ਕੀ ਹੈ ਅਕਾਲੀ ਦਲ ਦਾ, ਤੁਸੀਂ ਸਾਰੇ ਹੀ ਆਪਾਂ ਸੋਚਦੇ ਹਾਂ ਰਿਵਾਈਵ ਨਹੀਂ ਕਰ ਸਕਿਆ, ਸਥਿਤੀ ਹੈ ਉਹ ਬੇਅਦਬੀ ਜਾਂ 10 ਸਾਲ ਜਿਹੜਾ ਇਹਨਾਂ ਨੇ ਰਾਜਭਾਗ ਸੰਭਾਲਿਆ ਉਹਦਾ ਪਿੱਛਾ ਨਹੀਂ ਛੱਡ ਰਿਹਾ। ਮੋਦੀ ਸਾਹਿਬ ਪੰਜਾਬ 'ਚ ਆ ਕੇ ਇਹਨਾਂ ਬਾਰੇ ਕੁਛ ਨਾ ਬੋਲ ਕੇ ਬਹੁਤ ਨੁਕਸਾਨ ਕਰ ਗਏ ਇਹਨਾਂ ਦਾ,
ਜੇ ਇਹਨਾਂ ਨੂੰ ਵੀ ਬੜੀ ਭਾਂਡ ਜਾਂਦਾ ਸੋਚੀ ਹੀ ਦੂਸਰਾ ਸੋਚੀ ਸਮਝੀ ਸੀਗੀ ਉਹਨਾਂ ਦੀ, ਉਹ ਬਹੁਤ ਸੋਚ ਸਮਝ ਕੇ ਉਹਨਾਂ ਨੇ ਇਹ ਅਪਰੋਚ ਲਈ ਹੈਗੀ ਹੈ। ਜਿਹੜਾ ਅੱਜ, ਇੱਕ ਸੈਕਿੰਡ ਮੈਂ ਕੰਪਲੀਟ ਕਰ ਦਾਂ ਗੱਲ ਸਾਹਿਬ, ਅਤੇ ਜਿਹੜਾ ਉਹਨਾਂ ਨੇ ਦਿੱਲੀ 'ਚ ਬਿਆਨ ਦਿੱਤਾ ਕਿ ਮੈਂ ਪ੍ਰਕਾਸ਼ ਸਿੰਘ ਬਾਦਲ ਤੋਂ ਬਹੁਤ ਸਹਾਇਤਾ ਲੈਂਦਾ ਰਿਹਾ ਉਹਨਾਂ ਦੀ ਸੋਚ ਤੋਂ, ਕਹਿੰਦੇ ਆਉਣ ਵਾਲੀ ਸਰਕਾਰ ਦੇ ਸਮੇਂ ਵੀ ਅਸੀਂ ਪ੍ਰਕਾਸ਼ ਸਿੰਘ ਬਾਦਲ ਦੀਆਂ ਖੇਤੀ ਨੀਤੀਆਂ ਨੂੰ ਲਾਗੂ ਕਰਾਂਗੇ ਭਾਰਤ ਵਿੱਚ। ਯਾਨੀ ਬਾਦਲ ਸਾਹਿਬ ਦੀ ਤਾਰੀਫ ਕਰਕੇ ਮੌਜੂਦਾ ਅਕਾਲੀ ਦਲ ਦੇ ਲੰਬਰਦਾਰਾਂ ਦੀ ਫੱਟੀ ਪਹੁੰਚ ਗਏ, ਅਤੇ 30 ਤਰੀਕ ਨੂੰ ਜ਼ਰੂਰ ਇਸ 'ਤੇ ਹੋਰ ਕਮੈਂਟ ਕਰਨਗੇ ਉਹ। ਕੀ ਲੱਗਦਾ ਅਕਾਲੀ ਦਲ ਬਨਾਮ ਬੀਜੇਪੀ ਰਿਸ਼ਤੇ? ਉਹ ਆਈ ਐਕਸਪੈਕਟ ਕਿ ਕਰਨ, ਕੋਈ ਟਿੱਪਣੀ ਕਰਨ, ਪਰ ਮੇਰਾ ਖਿਆਲ ਸਾਇਲੈਂਟ ਰਹਿਣਗੇ ਕਿਉਂਕਿ ਉਹ ਆਪਸ਼ਨਸ ਓਪਨ ਰੱਖਣੀਆਂ ਚਾਹੁੰਦੇ ਨੇ। ਪਰ ਲੋਕਾਂ 'ਚ ਸ਼ੰਕਾ ਜਾ ਰਿਹਾ ਕਿ ਇੱਕੋ ਹੀ ਨੇ ਇਹ। ਬਿਲਕੁਲ ਆ ਜਾ ਰਿਹਾ ਹੈਗਾ, ਇਹਦਾ ਕੋਈ ਕੈਟਾਗੋਰਿਕਲੀ ਹਜੇ ਭਰੋਸਾ ਹੀ ਨਹੀਂ ਹੋ ਰਿਹਾ ਸੁਖਬੀਰ ਹੋਣਾ ਤੇ ਕਿ ਇਹ ਚਾਹੇ ਜਿੱਤ ਕੇ ਚਾਹੇ ਜੇ ਕੋਈ ਸੀਟ ਇੱਥੋਂ ਜਿੱਤਦੇ ਨੇ, ਜਿਹੜੀ ਕਿ ਬਹੁਤ ਫਸਮੀ ਟੱਕਰ ਹੈਗੀ ਆ, ਤਾਂ ਉਹ ਕੀ ਉਹ ਫਿਰ ਕਿਹਦੇ ਲੇਖੇ ਪਾਊਗੀ ਉਹ ਜਿਹੜੀ ਸੀਟ, ਜਿੰਨੀਆਂ ਵੀ ਸੀਟਾਂ ਇੱਕ ਜਾਂ ਦੋ ਕਿੰਨੀਆਂ ਵੀ ਜਿੱਤਦੇ ਨੇ ਇਹ, ਉਹ ਫਿਰ ਕਿਹਦੇ ਨਾਲ ਸਟੈਂਡ ਕਰੂਗੀ ਨੈਸ਼ਨਲ ਪੋਲੀਟਿਕਸ ਦੇ ਵਿੱਚ ਆ ਕੇ, ਉਸ ਚੀਜ਼ ਦਾ ਇਹ ਭਰੋਸਾ ਨਹੀਂ ਦੇ ਸਕੇ ਹਜੇ ਤੱਕ ਜੀ। ਜਾਂ ਇਹ ਕੰਪਲੀਟ ਦੇਣ ਸਟੇਟਮੈਂਟ ਖੜ ਕੇ ਵੀ ਕਹੇ ਕੋ ਨੋ ਮੈਟਰ ਵਟ, ਮਤਲਬ ਸਾਡੀ ਜਿਹੜੀ ਹੈਗੀ ਆ ਸਾਇਲੈਂਟ ਭਾਵੇਂ ਰਹੀਏ ਅਸੀਂ, ਪਰ ਅਸੀਂ ਕਿਸੇ ਕੀਮਤ ਵਿੱਚ ਵੀ NDA ਦੀ ਜਾਂ ਭਾਰਤੀ ਜਨਤਾ ਪਾਰਟੀ ਦੀ ਸਪੋਰਟ ਨਹੀਂ ਕਰਾਂਗੇ। ਉਹ ਕੋਈ ਬਿਆਨ ਨਹੀਂ ਆਇਆ ਇਹਨਾਂ ਦਾ ਇਸ ਬਾਰੇ, ਉਹ ਕੋਈ ਇਸ ਤਰ੍ਹਾਂ ਨੇ ਬਿਆਨ ਨਹੀਂ ਦਿੱਤਾ ਗਾ ਬਿਲਕੁਲ ਵੀ, ਨਾ ਇਹਨਾਂ ਦੀਆਂ ਕੋਈ ਸਪੀਚਿਸ ਦੇ ਵਿੱਚ ਕੋਈ ਇਸ ਬਾਰੇ ਜ਼ਿਕਰ ਆ ਰਿਹਾ ਹੈਗਾ। ਮਤਲਬ ਕਿ ਇਹ ਤਾਂ ਹੋਰ ਹੀ ਐਕਸਪੋਜ਼ਰ 'ਚ ਲੱਗੇ ਹੋਏ ਹੈਗੇ, ਜਿਵੇਂ ਉਹ ਇੱਕ ਆਪ MLA ਜਿਹੜਾ ਮਿਨਿਸਟਰ ਹੈਗਾ ਉਹਦੀ ਵੀਡੀਓ ਦਾ ਰੌਲਾ ਪੈ ਰਿਹਾ ਹੈਗਾ, ਵੀ ਜਿਹੜੀ ਕੋਈ ਵੀਡੀਓ ਵਾਇਰਲ ਹੋਈ ਜਲੰਧਰ ਵਾਲੇ ਦੀ, ਉਹਦੀ ਕਾਫੀ ਚਰਚਾ ਚੱਲ ਰਹੀ ਹੈਗੀ ਆ। ਮਤਲਬ ਕਿ ਉਸ ਚੀਜ਼ਾਂ ਵਿੱਚ ਉਲਝਿਆ ਹੋਇਆ ਅਕਾਲੀ ਦਲ, ਜਿਹੜੇ ਇਹਨਾਂ ਦੇ ਵੱਡੇ ਲੀਡਰ ਹੈਗੇ ਆ, ਜਦਕਿ ਇਹਨਾਂ ਨੂੰ ਤਾਂ ਪੰਜਾਬ ਦੇ ਮੁੱਦੇ ਉੱਤੇ ਸਪੈਸੀਫਾਈ ਹੋਣਾ ਚਾਹੀਦਾ ਵੀ ਆਹ ਸਾਡੀ ਵਿਜ਼ਨ ਹੈਗੀ ਆ, ਇਸ ਇਸ਼ੂਸ ਤੇ ਅਸੀਂ ਚੱਲਾਂਗੇ। ਠੀਕ ਆ, ਇਹਨਾਂ ਨੇ ਆਪਣੇ ਮੈਨੀਫੈਸਟੋ 'ਚ ਜ਼ਿਕਰ ਕੀਤਾ, ਪਰ ਆਪਣੇ ਜਿਹੜੀਆਂ ਸਪੀਚਸ ਆ ਉਹਦੇ ਵਿੱਚ ਕਿਉਂ ਸਾਇਲੈਂਟ ਨੇ ਇਹ ਆ। ਅੱਛਾ ਗਿੱਲ ਸਾਹਿਬ, ਜਿਵੇਂ ਮੋਦੀ ਸਾਹਿਬ ਨੇ ਵੀ ਜ਼ਿਕਰ ਕੀਤਾ ਕਿ 4 ਤਰੀਕ ਨੂੰ EVM 'ਤੇ ਠੀਕਰਾ ਭੰਨੇਗਾ ਸ਼ਹਿਜ਼ਾਦਾ, ਜਾਣੀ ਆਪੋਜੀਸ਼ਨ ਪਾਰਟੀਆਂ ਜਾਂ ਰਾਹੁਲ ਗਾਂਧੀ, ਹੁਣ ਉਸ ਨੂੰ EVM ਨੂੰ ਸਹੀ ਠਹਿਰਾਉਣ ਦੇ ਲਈ ਅਕਸਰ ਹੁੰਦਾ ਕਿ ਹਿਮਾਚਲ 'ਚ ਕਾਂਗਰਸ ਜਿੱਤ ਗਈ, ਬੰਗਾਲ 'ਚ ਤ੍ਰਿਮੂਲ ਕਾਂਗਰਸ ਜਿੱਤ ਗਈ, ਲੋਕ ਕਹਿੰਦੇ ਉਹ ਕਿਵੇਂ ਜਿੱਤ ਗਏ, ਆਮ ਆਦਮੀ ਪਾਰਟੀ ਕੈਪਟਨ ਅਮਰਿੰਦਰ ਕਿਵੇਂ ਜਿੱਤ ਗਿਆ, ਕੀ ਇਸ ਸਰਕਮਸਟੈਂਸ 'ਚ ਪੰਜਾਬ ਦੀ ਇੱਕ ਅੱਧੀ ਸੀਟ, ਭਾਵੇਂ ਉਹ ਸਿਮਰਨਜੀਤ ਮਾਨ ਹੈ ਕਿਉਂਕਿ ਖਹਿਰਾ ਸਾਹਿਬ ਦੀ ਸੀਟ ਵੀ ਫਸ ਗਈ ਹੈ, ਅਤੇ ਕਿਉਂਕਿ ਕਾਂਗਰਸ ਦੇ ਵੱਡੇ ਦਿੱਗਜ ਕੋਈ ਬਹੁਤੀ ਸਪੋਰਟ ਨਹੀਂ ਕਰ ਰਹੇ ਸੁਖਪਾਲ ਖਹਿਰਾ ਨੂੰ ਸੰਗਰੂਰ ਤੋਂ, ਜਾਂ ਕਿਤੇ ਨਾ ਕਿਤੇ ਖਡੂਰ ਸਾਹਿਬ ਤੋਂ ਅੰਮ੍ਰਿਤਪਾਲ ਹੋਰਾਂ ਨੂੰ ਬਹੁਮਤ ਮਿਲ ਜਾਂਦਾ ਹੈ, ਅਤੇ EVM ਨੇ ਵੀ ਸਾਫ਼ ਬਰੀ ਹੋ ਜਾਣਾ ਕਿ ਦਾ ਇੱਕ ਦੇਖੋ ਇਮਾਨਦਾਰੀ ਹੈ ਤਾਂ ਹੀ ਅੰਮ੍ਰਿਤਪਾਲ ਜਾਂ ਸਿਮਰਜੀਤ ਮਾਨ ਜਿੱਤ ਗਿਆ। ਸੋ EVM ਨੂੰ ਦੁੱਧ ਧੋਤੀ ਬਣਾਉਣ ਵਾਸਤੇ ਅਗਰ EVM 'ਚ ਹੇਰਾਫੇਰੀ ਕਰਨ ਵਾਲੇ ਇੱਕ ਅੱਧੀ ਸੀਟ ਕੱਢ ਦੇਣਗੇ ਤਾਂ ਕੀ ਰਿਜ਼ਲਟ ਨਿਕਲਣਗੇ? ਫਿਰ EVM 'ਤੇ ਡਾਊਟ ਲੋਕਾਂ ਦਾ ਘੱਟ ਜਾਣਾ? ਹਾਂ ਬਿਲਕੁਲ, ਇਹਦੇ ਨਾਲ ਸਮੀਕਰਨ ਤੇ ਫਰਕ ਤਾਂ ਪਊਗਾ ਹੀ। ਮਤਲਬ ਕਿ ਜਿਸ ਤਰ੍ਹਾਂ ਅਬਾਰ ਆ ਰਿਹਾ ਹੈਗਾ ਆਪਾਂ ਦੇਖ ਰਹੇ ਹਾਂ, ਫਰੀਦਕੋਟ ਦੀ ਸੀਟ ਵੀ ਫਸਦੀ ਨਜ਼ਰ ਆ ਰਹੀ ਹੈਗੀ ਆ, ਮਤਲਬ ਇਸੇ ਤਰ੍ਹਾਂ ਸੰਗਰੂਰ ਵਿੱਚ ਮੇਰਾ ਖਿਆਲ ਜਿਹੜੀ ਕਾਂਗਰਸ ਲੀਡਰਸ਼ਿਪ ਆ, ਜਿਸ ਤਰ੍ਹਾਂ ਦਾ ਸਹਿਯੋਗ ਉਹਨਾਂ ਨੂੰ ਦੇਣਾ ਚਾਹੀਦਾ ਸੀਗਾ ਆਪਣੇ ਕੈਂਡੀਡੇਟ ਨੂੰ ਸੰਗਰੂਰ ਦੇ ਵਿੱਚ, ਉਹ ਮੇਰੇ ਖਿਆਲ ਉਸ ਤਰ੍ਹਾਂ ਦਾ ਉਹਨਾਂ ਨੂੰ ਦੇ ਨਹੀਂ ਰਹਿ ਗਏ ਸਹਿਯੋਗ। ਬਿਲਕੁਲ, ਮਤਲਬ ਉਹਨਾਂ ਨੇ ਜਿਹੜੇ ਇਸ਼ੂਜ਼ ਵਗੈਰਾ ਕੁਛ ਉਹਨਾਂ ਨੇ ਆਪ ਇੱਦਾਂ ਦੇ ਇਸ਼ੂ ਉਠਾਏ ਹੈਗੇ ਜਿਹੜੇ ਕਿ ਇਸ ਟਾਈਮ ਤੇ ਨਹੀਂ ਅਪਰੋਪਰੀਏਟ ਸੀਗੇ, ਖਾਸ ਕਰ ਬਿਹਾਰੀਆਂ ਵਾਲਾ।
ਇਸ ਟਾਈਮ ਤੇ ਮਤਲਬ ਕਿ ਜਦ ਇਹਨਾਂ ਨੇ ਬਿੱਲ ਪਾਇਆ ਹੋਇਆ ਪ੍ਰਾਈਵੇਟ ਮੈਂਬਰਸ ਬਿੱਲ ਆਪਣਾ, ਉਹਦਾ ਜ਼ਿਕਰ ਭਾਵੇਂ ਕਰ ਦਿੰਦੇ ਇਹ, ਪਰ ਇਹਨਾਂ ਨੂੰ ਇਲੈਬੋਰੇਟ ਨਹੀਂ ਸੀ ਕਰਨਾ ਚਾਹੀਦਾ ਕਿਸੇ ਚੀਜ਼ ਨੂੰ, ਮੇਰਾ ਖਿਆਲ। ਉਹ ਹੈ ਵੀ ਵੈਸੇ ਰੋਂਗ ਸਟੇਟਮੈਂਟ ਹੈਗੀ, ਠੀਕ ਆ ਕੋਈ ਕਾਨੂੰਨ ਬਣਨਾ ਚਾਹੀਦਾ, ਕੋਈ ਡੋਮਿਸਾਈਲ ਦਾ ਕਾਨੂੰਨ ਬਣਨਾ ਚਾਹੀਦਾ ਜਾਂ ਕੋਈ ਸਰਟਨ ਏਅਰਸ ਦੀ ਚਾਹੀਦਾ ਹੈਗਾ ਵੀ ਇੰਨੇ ਏਅਰਸ ਦਾ ਜਿਹੜਾ ਹੈਗਾ ਇੱਥੇ ਵਸਨੀਕ ਚਾਹੀਦਾ ਹੈਗਾ ਬੰਦਾ, ਜਦੋਂ ਬਿਫੋਰ ਹੀ ਕੈਨ ਬੀ ਕੰਸਿਡਰਡ ਟੂ ਬਾਏ ਦਾ ਲੈਂਡ ਔਰ ਜੋ ਵੀ ਹੈਗਾ। ਮਤਲਬ ਕਿ ਸਗੋਂ ਆਪਾਂ ਨੂੰ ਤਾਂ ਕਹਿਣਾ ਚਾਹੀਦਾ ਵੀ ਦੂਜੇ ਸੂਬਿਆਂ 'ਚ ਵੀ ਜਿਹੜੀਆਂ ਰੋਕਾਂ ਲੱਗੀਆਂ ਹੋਈਆਂ, ਸਾਡੇ ਗੁਜਰਾਤ ਦੇ ਫਾਰਮਰਸ ਦਾ ਇਸ਼ੂ ਸੁਪਰੀਮ ਕੋਰਟ ਵਿੱਚ ਹੈਗਾ ਜੀ, ਉਸ ਉਹਨਾਂ ਚੀਜ਼ਾਂ ਬਾਰੇ ਕੋਈ ਜ਼ਿਕਰ ਹੀ ਨਹੀਂ ਕਰ ਰਿਹਾ ਹੈਗਾ। ਮਤਲਬ ਕਿ ਉਹਨਾਂ ਨੂੰ ਲਾਲ ਬਹਾਦਰ ਸ਼ਾਸਤਰੀ ਨੇ ਜਾ ਕੇ ਗੁਜਰਾਤ ਦੇ ਕੱਛ 'ਚ ਵਸਾਇਆ ਸੀਗਾ, ਹੁਣ ਜਦੋਂ ਉਹਨਾਂ ਨੇ ਜ਼ਮੀਨਾਂ ਆਪਣੀਆਂ ਪੱਧਰ ਕਰ ਲਈਆਂ, ਉਪਜਾਊ ਕਰ ਲਈਆਂ, ਤੇ ਹੁਣ ਉਹਨਾਂ ਨੂੰ ਸਰਕਾਰਾਂ ਉੱਥੋਂ ਕੱਢਣਾ ਚਾਹੁੰਦੀਆਂ ਨੇ। ਹੈ ਤਾਂ ਬੜੇ ਸੀਰੀਅਸ ਇਸ਼ੂਸ ਹੈਗੇ ਨੇ ਜੇ ਇਹ ਇਸ ਤਰ੍ਹਾਂ ਦਾ ਇਸ਼ੂ ਉਠਾਉਂਦੇ ਹੈ ਕਿ ਸੋ ਇਸ ਤਰ੍ਹਾਂ ਦਾ ਇਸ਼ੂ ਸੁਖਪਾਲ ਨੂੰ ਉਠਾਉਣਾ ਚਾਹੀਦਾ ਸੀ। ਪਰ ਜਿਹੜਾ ਇਹ ਪਿਛਲੇ ਦਿਨੀ ਸਰਕਮਸਟੈਂਸ ਰਿਹਾ ਬਿਹਾਰੀ ਮਜ਼ਦੂਰਾਂ ਦਾ ਜਾਂ ਗੈਰ ਪੰਜਾਬੀਆਂ ਦਾ, ਤੁਹਾਡੀ ਲੁਧਿਆਣਾ ਸੀਟ 'ਤੇ ਤਾਂ ਵੱਡੀ ਵਸੋਂ ਆ ਇਸ ਭਾਈਚਾਰੇ ਦੇ ਲੋਕਾਂ ਦੀ, ਇਹਨਾਂ ਤੋਂ ਬਿਨਾਂ ਕੰਮ ਵੀ ਨਹੀਂ ਚੱਲਦਾ, ਕੀ ਉਸ ਸੀਟ ਦਾ ਕੋਈ ਨੈਗੇਟਿਵ ਅਸਰ ਪੈ ਰਿਹਾ ਲੁਧਿਆਣਾ 'ਚ ਜਾਂ ਪੋਜ਼ਿਟਿਵ ਅਸਰ ਪੈ ਰਿਹਾ? ਮੇਰਾ ਖਿਆਲ ਵੀ ਇੱਥੇ ਕੰਫਰਟੇਬਲ ਪੋਜੀਸ਼ਨ 'ਚ ਹੈਗੇ ਆ, ਜਿਹੜੇ ਪੱਛਮੀ ਟੱਕਰ ਹੈਗੀ ਉਹ ਕਾਂਗਰਸ ਦੀ ਤੇ ਆਪ ਦੀ ਟੱਕਰ ਹੈਗੀ ਆ। ਓਕੇ, ਜਿਹੜੇ ਲੁਧਿਆਣੇ ਦੇ ਸਮੀਕਰਨ ਹੈਗੇ ਆ, ਕਿ ਮੈਨੂੰ ਥੋੜੇ ਦਿਨ ਪਹਿਲੇ ਹੀ ਮੇਰੇ ਕੋਲੇ ਪੱਤਰਕਾਰ ਆਏ ਸੀਗੇ ਕੋਈ ਟ੍ਰਿਬਿਊਨ ਨਿਊਜ਼ ਪੇਪਰ ਦੇ, ਉਹ ਵੀ ਜ਼ਿਕਰ ਕਰ ਰਹੇ ਸੀ ਇਹ, ਕਿਉਂਕਿ ਉਹ ਲੋਕਲੀ ਵੀ ਸੀਗੇ, ਮੈਨੂੰ ਚੰਡੀਗੜ੍ਹ ਤੋਂ ਮੇਰੀ ਇੰਟਰਵਿਊ ਲੈਣ ਆਏ ਸੀ ਟ੍ਰਿਬਿਊਨ 'ਚ, ਜਦ ਆਉਣ ਵਾਲੇ ਦਿਨਾਂ 'ਚ ਮੇਰੀ ਇੰਟਰਵਿਊ ਆਵੇ ਵੀ ਟ੍ਰਿਬਿਊਨ ਨਿਊਜ਼ ਪੇਪਰ ਦੇ ਵਿੱਚ ਸੈਕਸ਼ਨ ਦੇ ਵਿੱਚ, ਉਸ ਉਹਦੇ ਉਦੋਂ ਜ਼ਿਕਰ ਉਹ ਕਰ ਰਹੇ ਸੀ ਵੀ ਉਹਨਾਂ ਨੂੰ ਜ਼ਿਆਦਾ ਇਨਫੋਰਮੇਸ਼ਨ ਹੁੰਦੀ ਆ ਵੀ ਜਿਹੜੀ ਇੱਥੇ ਸੀਟ ਹੈਗੀ ਆ ਉਹ ਦੋ ਧਿਰਾਂ ਦੇ ਵਿੱਚ ਫਸਮਾ ਮੁਕਾਬਲਾ ਹੈਗਾ ਜੀ, ਕਿਉਂਕਿ ਜਿਹੜੇ ਆਪ ਵਾਲੇ ਹੈਗੇ ਉਹਨਾਂ ਦੀ ਸਿਟੀ ਦੇ ਵਿੱਚ ਬਹੁਤ ਵੱਡੀ ਪ੍ਰੈਜੈਂਸ ਹੈਗੀ ਆ, ਤੇ ਜਿਹੜੀ ਕਾਂਗਰਸ ਦੀ ਆਊਟਰੀਚ ਹੈਗੀ ਆ ਪਿੰਡਾਂ 'ਚ ਵੀ ਆ ਤੇ ਸ਼ਹਿਰ ਵਿੱਚ ਵੀ ਹੈਗੀ ਆ, ਜਦਕਿ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਰੀਚ ਆ ਉਹ ਵਿਦ ਇਨ ਦਾ ਸਿਟੀ ਹੈਗੀ ਆ, ਪਰ ਉਹ ਦਿਨ ਕਾਨਫਲਿਕਟ ਜਾਊਗੀ ਕਾਂਗਰਸ ਨਾਲ। ਦੂਸਰੇ ਪਾਸੇ ਆਪ ਪਾਰਟੀ ਦਾ ਵੀ ਬਹੁਤ ਸਟਰੋਂਗ ਹੋਲਡ ਆ ਸ਼ਹਿਰ ਦੇ ਵਿੱਚ, ਜਿਹੜਾ ਉਹਨਾਂ ਦਾ ਕੈਂਡੀਡੇਟ ਹੈਗਾ ਪ੍ਰੋਫੈਸਰ ਪੱਪੀ, ਹਾਂ, ਕਿਉਂਕਿ ਉਹ ਲੁਧਿਆਣੇ ਦਾ ਹੀ ਵਸਨੀਕ ਆ, ਉੱਥੇ ਸ਼ਹਿਰ ਦੇ ਵਿੱਚ ਉਹਦੀ ਵੋਟ ਹੈਗੀ ਕਾਫੀ। ਅੱਛਾ ਗਿੱਲ ਸਾਹਿਬ, ਜਿਵੇਂ ਵੈਸੇ ਪੰਜਾਬੀਆਂ ਦੀ ਕੀ ਹਰ ਬੰਦੇ ਦੀ ਮਾਤੜ ਦੀ ਫਿਤਰ ਤੇ ਹੁੰਦੀ ਆ ਕਿ ਜਾਂਦੇ ਚੋਰ ਦੀ ਲੰਗੋਟੀ ਸਹੀ, ਕਿਉਂਕਿ ਸਿਆਸਤ 'ਚ ਚੋਰ ਹੀ ਆ ਬਹੁਤੇ, ਅਤੇ ਅਗਲਾ ਕਹਿੰਦਾ ਯਾਰ ਜਿਹੜਾ 500-100 ਹਜ਼ਾਰ ਦਿੰਦੇ ਆ ਉਹੀ ਲੈ ਲਓ, ਹੋਣਾ ਤਾਂ ਕੁਛ ਹੈ ਨਹੀਂ, ਜਾਣੀ ਕਿ ਮੁੱਲ ਦੀਆਂ ਵੋਟਾਂ। ਲੁਧਿਆਣਾ ਜਾਂ ਬਠਿੰਡਾ ਸੀਟ ਪੰਜਾਬ ਦੀ ਕਿਸੇ ਸੀਟ ਤੋਂ ਲੱਗਦਾ ਕਿ ਅਮੀਰ ਕੈਂਡੀਡੇਟ ਮਾਇਆ ਦਾ ਗੱਫਾ ਵੰਡਣਗੇ? ਬਿਲਕੁਲ, ਇਹ ਤਾਂ ਲਾਸਟ ਡੇ ਚੈਫਟ ਤਾਂ ਹੋਣੀ ਹੋਣੀ ਹੈਗੀ, ਖਾਸ ਕਰਕੇ ਬਠਿੰਡਾ ਸੀਟ ਦਾ ਤਾਂ ਤੁਸੀਂ ਫੋਰ ਬੈਟ ਕਰ ਲਓ ਕਿ ਉੱਥੇ ਬਹੁਤ ਵੱਡੇ ਪੱਧਰ ਤੇ ਲੈਣ ਦੇਣ ਹੋਊਗੀ। ਹੁਣ ਉੱਥੇ ਪਤਾ ਲੱਗੂਗਾ ਕ੍ਰੈਡੀਬਿਲਟੀ ਦਾ ਇਲੈਕਸ਼ਨ ਕਮਿਸ਼ਨ ਦਾ ਵੀ, ਉਹ ਕਿੰਨੇ ਸੁਚੇਤ ਹੈਗੇ ਆ, ਪਰ ਉੱਥੇ ਉੱਥੇ ਸੰਭਾਵਨਾ ਜ਼ਿਆਦਾ ਹੈ ਕਿਉਂਕਿ ਉੱਥੇ ਹਰ ਵਾਰੀ ਇਸ ਤਰ੍ਹਾਂ ਹੀ ਹੁੰਦਾ ਹੈਗਾ ਸੀਟਾਂ, ਕਿਉਂਕਿ ਫਸ ਜਾਂਦੀ ਆ ਸੀਟ ਉਹ। ਪਿਛਲੀ ਵਾਰੀ ਵੀ ਸਿਰਫ 20,000 ਦੇ ਆਲੇ ਦੁਆਲੇ ਫਰਕ ਨਾਲ ਜਿੱਤੇ ਸੀਗੇ ਬਾਦਲ ਫੈਮਿਲੀ, ਇਸ ਵਾਰੀ ਤਾਂ ਉਦੋਂ ਵੀ ਫਸਵੀਂ ਟੱਕਰ ਹੈਗੀ ਆ, ਨਾਲੇ ਕੈਂਡੀਡੇਟ ਜ਼ਿਆਦਾ ਹੈਗੇ ਆ, ਉਹ ਸਾਰੇ ਹੀ ਕੈਂਡੀਡੇਟ ਕੁਛ ਨਾ ਕੁਛ ਵੋਟ ਖਿੱਚਣ ਦੀ ਸਮਰੱਥਾ ਰੱਖਦੇ ਹੈਗੇ ਆ। ਬਾਬਾ ਭਾਰਤੀ ਜਨਤਾ ਪਾਰਟੀ ਦੇ ਕੈਂਡੀਡੇਟ ਨੂੰ ਬਠਿੰਡੇ 'ਚ ਰੂਲ ਆਊਟ ਨਹੀਂ ਕਰ ਸਕਦੇ, ਕਿਉਂਕਿ ਉਹਨਾਂ ਨੂੰ ਹੋ ਸਕਦਾ ਕਿ ਜਿਹੜੀ ਡੇਰਾ ਸੱਚਾ ਸੌਦਾ ਦੀ ਵੋਟ ਜਿਹੜੀ ਹੈਗੀ ਆ ਇਹ ਇਹਨੂੰ ਮਤਲਬ ਕਿ ਬਲੋਕ 'ਚ ਪੈ ਜੇ,
ਕਿਉਂਕਿ ਕਿਉਂਕਿ ਜਿਸ ਤਰ੍ਹਾਂ ਦੀ ਅਲਾਈਨਮੈਂਟ ਹੈਗੀਆਂ ਨੇ ਡੇਰੇ ਦੀਆਂ ਭਾਰਤੀ ਜਨਤਾ ਪਾਰਟੀ ਨਾਲ, ਉਹ ਉੱਥੇ ਫਰਕ ਤਾਂ ਪਾਊਗੀ ਨਾ ਚੀਜ਼। ਬਿਲਕੁਲ ਤੋ ਇਸ ਕਰਕੇ ਇਹ ਵੀ ਨਹੀਂ ਕੀਤਾ ਵੀ ਉਹ ਕਿੰਨਾ ਸਟਰੋਂਗ ਕੰਟੈਂਡਰ ਹੋ ਕੇ ਉੱਭਰਨਗੇ, ਇਹ ਆਉਣ ਵਾਲੇ ਇੱਕ ਅੱਧੇ ਦਿਨ 'ਚ ਹੋਰ ਪਿਕਚਰ ਕਲੀਅਰ ਹੋ ਜੂਗੀ। ਇਸ ਡੇਰੇ ਤੋਂ ਬਿਨਾਂ ਗਿੱਲ ਸਾਹਿਬ ਡੇਰਾ ਬਿਆਸ ਹੈ, ਉਹਦੇ ਮੁਖੀ ਨਾਲ ਵੀ ਵੱਡੇ ਆਗੂਆਂ ਨੇ, ਹਰ ਪਾਰਟੀ ਦੇ ਆਗੂਆਂ ਨੇ ਮੁਲਾਕਾਤ ਕੀਤੀ ਹੈ। ਜਲੰਧਰ ਡੇਰਾ ਬੱਲਾ ਆ, ਹੋਰ ਡੇਰੇ ਨੇ, ਕਿਉਂਕਿ ਜਲੰਧਰ ਸੀਟ ਵੀ ਕਾਫੀ ਫਸੀ ਹੋਈ ਹੈ, ਬੀਜੇਪੀ ਵੀ ਉੱਥੇ ਆਪਣਾ ਦਾਜ ਮਾਰ ਰਹੀ ਹੈ। ਇਹ ਜਿਹੜੇ ਡੇਰੇ ਨੇ ਵੱਡਾ ਵੋਟ ਬੈਂਕ ਨੇ, ਭਗਤਾਂ ਦੀ ਜਾਨ ਡੇਰਾ ਮੁਖੀ 'ਚ ਅਤੇ ਡੇਰਾ ਮੁਖੀ ਦੀ ਜਾਨ ਸੈਂਟਰ ਦੀਆਂ ਏਜੰਸੀਆਂ ਦੀ ਮੁੱਠੀ 'ਚ, ਸੱਤਾਧਾਰੀ ਸਰਕਾਰ ਦੀ ਮੁੱਠੀ 'ਚ। ਮੋਦੀ ਸਾਹਿਬ ਨੇ ਬਾਬੇ ਬਹੁਤ ਸੋਧੇ ਨੇ, ਅਤੇ ਇਸ ਦੌਰਾਨ ਪੰਜਾਬ ਦੇ ਵਿੱਚ ਬਾਕੀ ਡੇਰੇਦਾਰਾਂ ਦੀਆਂ ਵੋਟਾਂ ਦਾ ਕੀ ਕੋਈ ਰੁੱਖ ਰੁਝਾਨ ਲੱਗਦਾ ਹੈ? ਮੇਰਾ ਤਾਂ ਖਿਆਲ ਹੈ ਕਿ ਬਹੁਤਾ ਭਾਜਪਾ ਦਾ ਹੀ ਡੰਡਾ ਚੱਲੇਗਾ ਡੇਰਿਆਂ 'ਤੇ। ਕੀ ਕਿਸੇ ਹੋਰ ਸਥਾਨਕ ਪਾਰਟੀ ਦਾ ਵੀ ਕੋਈ ਨਾ ਕੋਈ ਹੈ ਕਿ ਉਹ ਵੀ ਚੁੰਗ ਭਰ ਲੇਗੀ? ਜਲੰਧਰ ਦੇ ਵਿੱਚ ਡੇਰੇ ਬਹੁਤ ਪ੍ਰਭਾਵਿਤ ਨੇ, ਜਲੰਧਰ ਸੀਟ ਦੇ ਵਿੱਚ ਜਿਹੜਾ ਉਹ ਸੈਕਸ਼ਨ ਹੈਗਾ, ਅਤੇ ਇਸੇ ਤਰ੍ਹਾਂ ਜਿਹੜਾ ਨਵਾਂ ਸ਼ਹਿਰ ਵਾਲਾ ਸੈਕਸ਼ਨ ਹੈਗਾ ਨਾ, ਉਹ ਮੇਰਾ ਫਤਿਹਗੜ੍ਹ ਸਾਹਿਬ 'ਚ ਆਉਂਦੀ ਆ ਸੀਟ, ਅਨੰਦਪੁਰ ਸਾਹਿਬ ਦੀ ਸੀਟ ਦੇ ਵਿੱਚ, ਉੱਥੇ ਵੀ ਬਹੁਤ ਡੇਰੇ ਨੇ। ਉੱਥੇ ਹਰ ਪਿੰਡ ਛੋਟੇ ਛੋਟੇ ਕਾਫੀ ਜ਼ਿਆਦਾ ਡੇਰੇ ਨੇ, ਉਹਨਾਂ ਦਾ ਕੀ ਪ੍ਰਭਾਵ ਪੈਂਦਾ ਹੈ ਜਾਂ ਕਿਵੇਂ ਪੈਂਦਾ ਹੈਗਾ, ਪਰ ਇਹ ਆ ਵੀ ਜ਼ਰੂਰੀ ਨਹੀਂ ਕਿ ਉਹ ਇਨ ਬਲੋਕ ਕੋਈ ਵੋਟ ਪੈ ਜਾਵੇ ਕਿਤੇ। ਇਹ ਆ ਵੀ ਥੋੜਾ ਪਤਾ ਪ੍ਰਭਾਵ ਪਾ ਸਕਦੇ, ਪਰ ਮੈਂ ਨਹੀਂ ਮੰਨਦਾ ਕਿ ਉਹਨਾਂ ਦੇ ਕਹੇ ਤੇ ਇਨ ਬਲੋਕ ਜਾ ਕੇ ਵੋਟ ਇੱਕ ਪਾਸੇ ਪੈ ਜੂ। ਖਰੜ ਸੀਟ ਤੋਂ 22 'ਚ ਚੋਣ ਲੜ ਚੁੱਕੇ ਆ ਕੁਲਦੀਪ ਬਿਸਟ, ਆਮ ਆਦਮੀ ਪਾਰਟੀ 'ਚ ਸ਼ਾਮਿਲ ਹੋ ਗਿਆ। ਮਦਨ ਮੋਹਨ ਮਿੱਤਲ ਦੁਬਾਰਾ ਅਕਾਲੀ ਦਲ ਛੱਡ ਕੇ ਭਾਜਪਾ 'ਚ ਜਾ ਚਲੇ ਗਏ, ਅਤੇ ਜਿਸ ਦੌਰਾਨ ਸਾਬਕਾ ਮੰਤਰੀ ਅਕਾਲੀ ਸਰਕਾਰ ਦਾ ਅਤੇ ਰਾਘਵ ਚੱਢਾ ਜੀ ਵੀ ਪ੍ਰਗਟ ਹੋ ਗਏ ਨੇ ਤੁਹਾਡੇ ਲੁਧਿਆਣਾ 'ਚ, ਅਤੇ ਰਾਘਵ ਚੱਢਾ ਆਪਣਾ ਅਸ਼ੋਕ ਪਰਾਸ਼ਰ ਅਤੇ ਜੇ ਪੀ ਹੋਰਾਂ ਦੇ ਵਾਸਤੇ ਵੋਟਾਂ ਮੰਗਣਗੇ। ਸੋ ਇਹਨਾਂ ਦੇ ਵੀ ਰੋਡ ਸ਼ੋਅ ਸ਼ੁਰੂ ਹੋ ਗਏ ਨੇ ਫਤਿਹਗੜ੍ਹ ਸਾਹਿਬ ਲੁਧਿਆਣਾ ਦੇ ਵਿੱਚ। ਅਤੇ ਸਮੀਕਰਨ ਗਿੱਲ ਸਾਹਿਬ ਇਸ ਵਾਰੀ ਬੜੇ ਟੇਢੇ ਨੇ ਵੈਸੇ, ਇਸ ਦੌਰਾਨ ਜਿਵੇਂ ਪਹਿਲਾਂ ਮੌੜ ਮੰਡੀ ਬਲਾਸਟ ਹੋਇਆ ਸੀ, ਇੱਕ ਦਿਨ 'ਚ ਹੀ ਸਰਕਾਰ ਦਾ ਰੁੱਖ ਪਲਟ ਗਿਆ ਸੀ ਤੁਹਾਡੇ ਲੁਧਿਆਣੇ ਸ਼ਹਿਰ 'ਚ, ਸਵੇਰੇ ਸਵੇਰੇ ਸੈਰ ਕਰਦੇ ਮਨੀਸ਼ ਸਿਸੋਦੀਆ ਨੂੰ ਮਹਾਜਨਾਂ ਨੇ ਘੇਰ ਲਿਆ ਸੀਗਾ ਕਿ ਰਾਤ ਕੇਜਰੀਵਾਲ ਨੇ ਕਿੱਥੇ ਕੱਟੀ ਹੈ, ਘਾਲੀ ਦੇ ਘਰੇ, ਗੁਰਿੰਦਰ ਘਾਲੀ ਖਾਲਿਸਤਾਨੀ ਦੇ ਘਰੇ, ਅਤੇ ਇੱਦਾਂ ਵੀ ਮਾਇੰਡ ਸੈੱਟ ਚੇਂਜ ਹੁੰਦੇ ਨੇ। ਕੀ ਕੋਈ ਅਜਿਹਾ ਡਰ ਤੌਖਲਾ ਲੱਗਦਾ ਜੋ ਬੀਜੇਪੀ ਇਸ਼ਾਰਾ ਲਾ ਐਂਡ ਆਰਡਰ ਦਾ ਕਰ ਰਹੀ ਹੈ? ਜਿਸ ਤਰ੍ਹਾਂ ਦੇ ਉਹਨਾਂ ਨੇ ਖੜੇ ਕੀਤੇ ਨਾ ਸ਼ੰਕ ਕੇ, ਪੰਜਾਬ ਦਾ ਜਿਹੜੀ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਨੇ ਸੁਨੀਲ ਜਾਖੜ, ਕਿ ਪੰਜਾਬ ਉਹਨਾਂ ਨੇ ਚੀਫ ਇਲੈਕਸ਼ਨ ਕਮਿਸ਼ਨਰ ਨੂੰ ਚਿੱਠੀ ਲਿਖੀ ਆ ਕਿ ਪੰਜਾਬ ਤੇ ਬਹੁਤ ਅਨਰੈਸਟ ਹੈਗਾ, ਉਹ ਚੀਜ਼ ਪ੍ਰੂਵ ਕਰਦੀ ਹੈ ਵੀ ਇਹ ਕੁਛ ਨਾ ਕੁਛ ਆਪਣਾ ਇਸ ਪੁਆਇੰਟ ਦੇ ਰਾਹੀਂ ਕੁਛ ਪ੍ਰੂਵ ਕਰਨਾ ਚਾਹੁੰਦੇ ਆ ਪੰਜਾਬ 'ਚ। ਕਿਉਂਕਿ ਜੇ ਆਪਾਂ ਨੂੰ ਪਤਾ ਵੀ ਭਾਵੇਂ ਜਿਸ ਤਰ੍ਹਾਂ ਮਰਜ਼ੀ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਹੈਗੀ, ਵੈਸੇ ਤਾਂ ਐਸ ਸੱਚ ਪੰਜਾਬ ਦੀ ਸਿਚੁਏਸ਼ਨ ਬਹੁਤ ਨੋਰਮਲ ਹੈਗੀ ਆ ਜੀ, ਬਿਲਕੁਲ ਉਸ ਤਰ੍ਹਾਂ ਦਾ ਕੋਈ ਲੱਗ ਨਹੀਂ ਰਿਹਾ। ਠੀਕ ਆ, ਫਾਰਮਰਸ ਪ੍ਰੋਟੈਸਟ ਕਰ ਰਹੇ ਨੇ, ਉਹ ਵੀ ਕੋਈ ਵਾਇਲੈਂਟ ਪ੍ਰੋਟੈਸਟ ਤਾਂ ਨਹੀਂ ਕਰ ਰਹੇ, ਉਹ ਤਾਂ ਸਿਰਫ ਇੱਕ ਆਪਣੇ ਕੁਸ਼ਚਨ ਪੁੱਛਦੇ ਆ ਜਾਂ ਕਿਵੇਂ ਹੈ। ਹੁਣ ਤਾਂ ਉਹਨਾਂ ਨੇ ਘੇਰਨਾ ਵੀ ਬੰਦ ਕਰਤਾ, ਉਹ ਤਾਂ ਸਿਰਫ ਇੱਕ ਖੜ ਕੇ ਸਾਈਡ ਤੇ ਪ੍ਰੋਟੈਸਟ ਕਰ ਰਹੇ ਆਪਣੇ ਕਾਲਾ ਕਾਲੀਆਂ ਝੰਡੀਆਂ ਨਾਲ ਤੇ ਆਪਣੇ ਕੁਸ਼ਚਨ ਬਿਲਕੁਲ ਜਿਹੜਾ ਰਾਈਟ ਹੈ ਉਹਨਾਂ ਦਾ, ਉਹਨੂੰ ਐ ਪ੍ਰੈਜ਼ੈਂਟ ਕਰਨਾ ਸੁਨੀਲ ਜਾਖੜ ਵੱਲੋਂ, ਮੇਰੇ ਖਿਆਲ ਉਹ ਇੱਕ ਟ੍ਰਬਲਿੰਗ ਸਿਨੈਰੀ ਹੋਏਗਾ। ਤੇ ਮੁੱਖ ਦੀ ਗੱਲ ਵੱਲ ਨੂੰ ਜਾਈਏ ਗਿੱਲ ਸਾਹਿਬ,
ਇੱਕ ਤਾਂ ਲੂੰ ਦੀ ਗਰਮੀ ਰਿਕਾਰਡ ਤੋੜ ਰਹੀ ਹੈ, ਅਤੇ ਦੂਸਰਾ ਵਾਤਾਵਰਨ ਬੜਾ ਅਹਿਮ ਮੁੱਦਾ ਹੈ ਜਿਸ ਦੇ ਬਾਰੇ ਕੋਈ ਬਹੁਤੀ ਗੱਲ ਨਹੀਂ ਹੋ ਸਕੀ। ਸੀਚੇਵਾਲ ਸਾਹਿਬ ਖੁਦ ਵਾਤਾਵਰਨ ਪ੍ਰੇਮੀ ਨੇ, ਉਹਨਾਂ ਨੇ ਵੀ ਕੋਈ ਮੁੱਦਾ ਚੋਣ ਮੈਨੀਫੈਸਟੋ 'ਚ ਕੋਈ ਬਹੁਤਾ ਨਹੀਂ ਉਹ ਕਾਰਗਰ ਕਰ ਸਕੇ। ਅਤੇ ਜਿਸ ਤਰ੍ਹਾਂ ਪਾਣੀਆਂ ਦਾ ਮੁੱਦਾ, ਵਾਤਾਵਰਨ ਦਾ ਮੁੱਦਾ, ਆਕਸੀਜਨ ਦੀ ਘਾਟ, ਕਰੋਨਾ ਦੇ ਦੌਰਾਨ ਅਸੀਂ ਬੇਹਾਲ ਸਿਸਟਮ ਵੇਖ ਚੁੱਕੇ ਹਾਂ, ਉਸ ਦੌਰਾਨ ਇਹੋ ਜਿਹੇ ਅਹਿਮ ਮੁੱਦੇ ਜਿਹੜੇ ਵਿਸ਼ਵ ਪੱਧਰ 'ਤੇ ਚਰਚਿਤ ਨੇ ਉਹਨਾਂ ਦਾ ਕੋਈ ਜ਼ਿਕਰ ਨਹੀਂ ਹੋ ਸਕਿਆ। ਮੰਦਹਾਲੀ ਸਭ ਤੋਂ ਬਦਕਿਸਮਤੀ ਇਸ ਗੱਲ ਦੀ ਹੈ। ਅਤੇ ਦੂਸਰੇ ਪਾਸੇ ਇੰਡੀਆ ਗੱਠਜੋੜ ਦੀ ਜਿਹੜੀ ਮੀਟਿੰਗ ਹੈ ਉਹ 1 ਤਰੀਕ ਨੂੰ ਰੱਖ ਦਿੱਤੀ ਹੈ। ਸੋ ਕਿਉਂਕਿ ਉਸ ਦਿਨ ਆਖਰੀ ਚੋਣ ਹੈ, ਪੰਜਾਬ ਦੀ ਵੀ ਚੋਣ ਹੈ, ਅਤੇ ਉਸ ਦਿਨ ਇੰਡੀਆ ਗੱਠਜੋੜ ਨੇ ਆਪਣੀ ਮੀਟਿੰਗ ਜਿਹੜੀ ਹੈ ਦਿੱਲੀ ਦੇ ਵਿੱਚ ਰੱਖ ਦਿੱਤੀ ਹੈ। ਨਤੀਜਿਆਂ ਦੀ ਸੰਭਾਵੀ ਕਾਰਗੁਜ਼ਾਰੀ ਅਤੇ ਨਤੀਜੇ ਆਉਣ ਤੋਂ ਪਹਿਲਾਂ ਦੀ ਸੰਭਾਵੀ ਰਣਨੀਤੀ ਕਿੱਦਾਂ ਵੇਖਦੇ ਉਸ ਨੂੰ? ਵੈਸੇ ਸਰਕਾਰ ਬਣਾਉਣ ਦਾ ਤਾਂ ਉਹ ਵੀ ਦਾਅਵਾ ਕਰਦੇ ਨੇ, ਪਰ ਜਿਵੇਂ ਵੋਟ ਪ੍ਰਤੀਸ਼ਤ ਘਟੀ ਹੈ, ਸੁਨੀਲ ਜਾਖੜ ਹੋਰਾਂ ਨੇ ਸਮਾਂ ਵਧਾਉਣ ਦੀ ਵੀ ਮੰਗ ਕੀਤੀ 1 ਘੰਟਾ ਸਵੇਰੇ ਸ਼ਾਮ, ਅਤੇ ਇਹ ਇੰਡੀਆ ਗੱਠਜੋੜ ਦੀ ਜਿਹੜੀ ਮੀਟਿੰਗ ਹੈ ਇਹਨੂੰ ਕਿਸ ਤਰ੍ਹਾਂ ਵੇਖਦੇ ਹੋ ਜੋ 1 ਤਰੀਕ ਨੂੰ ਰੱਖੀ ਗਈ ਹੈ? ਮੇਰਾ ਖਿਆਲ ਪੋਜ਼ਿਟਿਵ ਡਿਵੈਲਪਮੈਂਟ ਹੀ ਹੈ ਇਹ, ਮਤਲਬ ਕਿ ਆਸਾਬੰਦ ਤਾਂ ਬਹੁਤ ਨੇ। ਅੱਜ ਮੈਂ ਉਹਨਾਂ ਜੈ ਰਾਮ ਰਮੇਸ਼ ਦਾ ਵੀ ਪੜ੍ਹ ਰਿਹਾ ਸੀਗਾ, ਉਹ ਤਾਂ ਆਪਣੇ ਵੱਲੋਂ ਬੜਾ ਛੋਟੀ ਨਾਲ ਕਹਿ ਰਹੇ ਸੀ ਵੀ ਅਗਲੀ ਸਰਕਾਰ ਸਾਡੀ ਸਰਕਾਰ ਹੋਊਗੀ ਇੰਡੀਆ ਗੱਠਜੋੜ ਦੀ, ਪਰ ਮਤਲਬ ਕਿ ਇਹ ਇਹ ਸਾਰਿਆਂ ਨੂੰ ਇਹੀ ਹੈਗਾ ਕਿਉਂਕਿ ਜਿੰਨੇ ਹੁਣ ਸਮੀਕਰਨ ਆ ਰਹੇ ਹੈਗੇ ਉਹ ਜਿਹੜਾ ਭਾਰਤੀ ਜਨਤਾ ਪਾਰਟੀ ਵੱਲੋਂ ਇਹ ਦਾਅਵਾ ਸੀਗਾ 400+ ਦਾ, ਉਹਨੂੰ ਤਾਂ ਉਹ ਮਤਲਬ ਕਿ ਉਸ ਚੀਜ਼ ਨੂੰ ਕਿਨਾਰਾ ਕਰ ਰਹੇ ਹੈਗੇ ਆ, ਲੋਕੀ ਕਰ ਰਹੇ ਵੀ ਏਦਾਂ ਦਾ ਕੋਈ ਸਨੈਰੀਓ ਬਿਲਟ ਅਪ ਨਹੀਂ ਹੁੰਦਾ ਗਾ। ਕਿਉਂਕਿ ਜੇ ਆਪਾਂ ਸੀਟਾਂ ਦਾ ਵੀ ਜੋੜ ਤੋੜ ਲਾਈਏ ਸਾਰੀਆਂ ਦਾ, ਜਿਵੇਂ ਪਿਛਲੀ ਵਾਰੀ ਇਹ ਰਾਜਸਥਾਨ ਚੋਂ 25 ਦੀਆਂ 25 ਸੀਟਾਂ ਜਿੱਤੇ ਸੀਗੇ, 25-24 ਸੀਟਾਂ ਜਿੱਤੇ ਸੀਗੇ, ਉਹ ਹੁਣ ਉੱਥੇ ਸਮੀਕਰਨ ਵੇਖਦਾ ਬਦਲਣਗੇ, ਪਿਛਲੇ 2019 ਵਾਂਗੂ ਸੁਨਹਿਰੀਆਂ ਰਹਿਣਾ। ਇਸੇ ਤਰ੍ਹਾਂ ਜਿਵੇਂ ਕਲੀਨ ਸਵੀਪ ਇਹਨਾਂ ਨੇ ਮੱਧ ਪ੍ਰਦੇਸ਼ ਚ ਕੀਤੀ ਸੀਗੀ, ਕਾਫੀ ਵੱਡੀ ਮੈਜੋਰਟੀ ਮਹਾਰਾਸ਼ਟਰਾ ਚੋਂ ਲਈ ਸੀਗੀ, ਕਾਫੀ ਵੱਡੀ ਮੈਜੋਰਟੀ ਉੱਤਰ ਪ੍ਰਦੇਸ਼ ਚੋਂ ਲਈ ਸੀ, ਉਹ ਸਮੀਕਰਨ ਸਾਰੇ ਬਦਲਣਗੇ। ਇਸ ਤਰ੍ਹਾਂ ਟ੍ਰੈਂਡ ਲੱਗ ਰਿਹਾ ਹੈਗਾ, ਜੋ ਕਿ ਨਾ ਹੋਵੇ ਤਾਂ ਜਿਸ ਤਰ੍ਹਾਂ ਦੀ ਬਖਲਾਟ ਦੇ ਵਿੱਚ ਸਪੀਚਿਸ ਦੇ ਰਹੇ ਹੈਗੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ, ਕਿੰਨਾ ਨੀਵਾਂ ਪੱਧਰ ਦਾ ਆਪਣਾ ਸਤਰ ਲੈ ਕੇ ਜਾ ਰਹੇ ਹੈਗੇ ਆ, ਤੇ ਦੂਜੇ ਪਾਸੇ ਕਿੰਨੀ ਕੋਨਫੀਡੈਂਟਲੀ ਪ੍ਰਿਯੰਕਾ ਗਾਂਧੀ, ਰਾਹੁਲ ਗਾਂਧੀ ਹੁਣੀ ਬੋਲ ਰਹੇ ਹੈਗੇ ਆਪਣੇ ਸਪੀਚਿਸ ਦੇ ਵਿੱਚ, ਉਹ ਬਹੁਤ ਫਰਕ ਹੈਗਾ। ਬਿਲਕੁਲ, ਫਰਕ ਤਾਂ ਬਹੁਤ ਹੈ ਗਿੱਲ ਸਾਹਿਬ, ਪਰ ਫਰਕ EVM ਨੇ ਵੀ ਵੱਡਾ ਪਾਉਣਾ। ਹੁਣ ਇਹ ਅਗਰ ਸਮੇਂ ਤੋਂ ਪਹਿਲਾਂ ਬੋਲਦੇ ਆ EVM ਬਾਰੇ ਤਾਂ ਵੀ ਮਾੜਾ, ਵੈਸੇ ਤਾਂ ਮਾਇਆਵਤੀ ਨਵਾਂਸ਼ਹਿਰ ਆ ਕੇ ਗਏ ਨੇ, ਉਹਨਾਂ ਨੇ ਤਾਂ ਕਿਹਾ ਜੇ ਪਾਰਦਰਸ਼ਤਾ ਨਾਲ ਇਲੈਕਸ਼ਨ ਹੋਏਗੀ ਤਾਂ BJP ਹਾਰ ਰਹੀ ਹੈ। ਮੁਫਤੀ ਮੈਡਮ ਨੇ ਵੀ ਇਹੀ ਆਖਿਆ, ਉਹਨਾਂ ਨੇ ਤਾਂ ਪ੍ਰਦਰਸ਼ਨ ਵੀ ਕਰ ਦਿੱਤਾ ਸੀਗਾ। ਪਰ EVM ਦੇ ਬਾਰੇ ਇਸ ਵਾਰੀ ਥੋੜ੍ਹਾ ਜਿਹਾ ਰੌਲਾ ਪਿਆ, ਸ਼ਾਇਦ ਅਗਲੀ ਵਾਰੀ ਮੈਨੂੰ ਲੱਗਦਾ ਕਿ ਇੰਨਾ ਵੀ ਨਹੀਂ ਪੈਣਾ। ਅਤੇ ਇਸ ਦੌਰਾਨ ਆਖਰੀ ਖਬਰ, ਕਿਉਂਕਿ NRI ਦਾ ਵੱਡਾ ਬਹੁਤ ਰੋਲ ਹੈ, ਰਿਕਾਰਡ ਤੋੜ ਪੈਸਾ NRI ਨੇ ਰਿਜ਼ਰਵ ਬੈਂਕ ਆਫ ਇੰਡੀਆ 'ਚ ਜਾਂ ਬਾਕੀ ਬੈਂਕਸ ਦੇ ਵਿੱਚ ਭੇਜਿਆ, ਪਰ ਇਸ ਵਾਰੀ NRI ਦਾ ਰੁਝਾਨ ਨੈਗਟਿਵ ਰਿਹਾ। ਮਾੜੀ ਮੋਟੀ 2-4 ਲੋਕ ਨੇ ਜਿਹੜੇ ਪਹਿਲਾਂ ਆਮ ਆਦਮੀ ਪਾਰਟੀ ਸੀਗੇ, ਸਿੱਖ ਸੈਂਟੀਮੈਂਟਸ ਵਾਲੇ, ਉਹ ਹੁਣ ਅੰਮ੍ਰਿਤਪਾਲ ਦੀ ਸਪੋਰਟ 'ਤੇ 2-4 ਲੜਕੇ ਆਏ ਨੇ, ਅਤੇ ਅਦਰਵਾਈਜ਼ ਕੋਈ NRI ਨੇ ਇਸ ਚੋਣ ਦੇ ਵਿੱਚ ਬਹੁਤਾ ਰੋਲ ਨਹੀਂ ਨਿਭਾਇਆ। ਮਹਿੰਦਰ ਸਿੰਘ ਗਿਲਜੀਆਂ ਜ਼ਰੂਰ ਆਏ ਨੇ, ਓਵਰਸੀਜ਼ ਇੰਡੀਅਨ ਕਾਂਗਰਸ ਵਾਲੇ ਗਿਲਜੀਆਂ ਦੇ ਭਰਾ, ਅਦਰਵਾਈਜ਼ ਤਕਰੀਬਨ NRI ਸਾਰੇ ਨਿਰਾਸ਼ਾਜਨਕ ਹੋ ਚੁੱਕੇ ਨੇ ਇਸ ਇਲੈਕਸ਼ਨ ਤੋਂ। ਵੈਸੇ NRI ਬਾਰੇ ਇਹ ਵੀ ਕਹਿ ਦਿੱਤਾ ਜਾਂਦਾ, ਮਾਇੰਡ ਨਾ ਕਰੇ ਕੋਈ, ਕਿ NRI ਜਿਹਦੀ ਸਪੋਰਟ ਕਰਦੇ ਨੇ ਉਹ ਬੰਦਾ ਹਾਰ ਜਾਂਦਾ।
ਇਸ ਤਰ੍ਹਾਂ ਗਿੱਲ ਸਾਹਿਬ, ਇਹ ਹੋਣਾ ਨਹੀਂ ਚਾਹੀਦਾ, ਕਿਉਂਕਿ ਐਨ ਆਰ ਆਈ ਦਾ ਬਹੁਤ ਵੱਡਾ ਕੰਟਰੀਬਿਊਸ਼ਨ ਹੈ। ਕਿੰਨੇ ਸਾਡੇ ਬੱਚੇ ਵਿਦੇਸ਼ਾਂ 'ਚ ਨੇ ਅਤੇ ਉਹਨਾਂ ਦਾ ਕੋਈ ਰੁਝਾਨ ਨਹੀਂ ਵੋਟ ਪ੍ਰਤੀ ਬਹੁਤਾ, ਕਿੱਦਾਂ ਵੇਖਦੇ ਹੋ ਐਨ ਆਰ ਆਈ ਦਾ ਰੋਲ ਇਸ ਇਲੈਕਸ਼ਨ 'ਚ? ਇਸ ਵਾਰੀ ਬੜਾ ਡੈਂਪਨਡ ਜਿਹਾ ਐਟਮੋਸਫੇਅਰ ਹੈਗਾ ਐਨ ਆਰ ਆਈ, ਜਿੱਥੇ ਉਹਨਾਂ ਦੇ ਇੰਟਰਸਟ ਸਿਆਣੇ ਹੋ ਗਏ ਵੈਸੇ, ਹੈ ਨਾ, ਵੀ ਕਾਹਨੂੰ ਪੈਸੇ ਖਰਾਬ ਕਰਨੇ ਨੇ। ਨਾ ਤਾਂ ਉਹ ਕੋਈ ਬਹੁਤੀਆਂ ਸਟੇਕਸ ਉਹਨਾਂ ਨੇ ਆਪਣੀਆਂ ਹਾਈ ਕੀਤੀਆਂ ਨੇ, ਪਰ ਇਹ ਹੈ ਵੀ ਚਿੰਤਤ ਜ਼ਰੂਰ ਨੇ ਵੀ ਕੀ ਪੰਜਾਬ ਦੀ ਆਊਟਕਮ ਹੋਊਗੀ। ਥੋੜ੍ਹਾ ਜਿਹਾ ਮੀਡੀਆ ਸਹੀ ਸੁਚੇਤ ਕਰਨ ਲੱਗ ਗਿਆ, ਪਹਿਲਾਂ ਮੀਡੀਆ ਨੇ ਬਹੁਤ ਲਟਵਾਏ ਨੇ ਐਨ ਆਰ ਆਈ। ਹਾਂ, ਮਤਲਬ ਕਿ ਪਹਿਲੇ ਉਹ ਇਸ ਤਰ੍ਹਾਂ ਕਰਦੇ ਰਹੇ, ਹੁਣ ਕਿਉਂਕਿ ਮੀਡੀਆ ਫੈਲ ਬਹੁਤ ਗਿਆ ਹੈ ਸੋਸ਼ਲ ਮੀਡੀਆ ਦੇ ਨੈਟਵਰਕ ਕਰਕੇ, ਹੁਣ ਮਤਲਬ ਕਿ ਇੱਕ ਦੂਜੇ ਦੀਆਂ ਜਿਹੜੀਆਂ ਰਿਪੋਰਟਸ ਹੈਗੀਆਂ ਨੇ, ਤੁਹਾਨੂੰ ਇਨਫੋਰਮੇਸ਼ਨ ਦਾ ਬਹੁਤ ਵੱਡਾ ਫਲੋ ਚੱਲ ਰਿਹਾ ਹੈਗਾ। ਮਤਲਬ ਕਿ 2019 ਨਾਲੋਂ ਵੀ ਹੁਣ ਫਲੋ ਜ਼ਿਆਦਾ ਵਧਿਆ ਹੈਗਾ, ਈਵਨ 2022 ਨਾਲੋਂ। ਜਿਹੜਾ ਜਿਹੜਾ ਕੇਸ ਦੇਖੋ, ਐਨ ਆਰ ਆਈ ਨੇ ਬਹੁਤ ਪੈਸਾ ਆਮ ਆਦਮੀ ਪਾਰਟੀ ਨੂੰ ਦਿੱਤਾ, ਪ੍ਰੋਫੈਸਰ ਦਵਿੰਦਰਪਾਲ ਭੁੱਲਰ ਵਾਲਾ ਮਾਮਲਾ, ਉਹਦੇ 'ਚ ਤੁਸੀਂ ਵੇਖੋ, ਚਲੋ ਗੁਰਪਤ ਮਹੰਤਾ ਦੋਸ਼ ਲਾਉਂਦਾ ਹੀ ਹੈ, ਡਾਕਟਰ ਮਨੀਸ਼ ਰਾਜਾ ਦਾ, ਬੜੇ ਸੰਜੀਦਾ ਬੰਦੇ ਨੇ, ਕਾਂਗਰਸ ਨਾਲ ਵੀ ਰਹੇ ਨੇ, ਮੁੜ ਕੇ ਉਹਨਾਂ ਨੇ ਆਪਣੀ ਪਾਰਟੀ ਬਣਾ ਲਈ ਆ, ਮੁੱਢਲੇ ਫਾਊਂਡਰ ਮੈਂਬਰ ਨੇ ਉਹ ਆਮ ਆਦਮੀ ਪਾਰਟੀ ਦੇ, ਡਾਕਟਰ ਮਨੀਸ਼ ਰਾਜਾ ਦਾ, ਅਤੇ ਉਹਨਾਂ ਨੇ ਵੀ ਕੁਛ ਫੋਟੋਗ੍ਰਾਫਸ ਜਾਂ ਸਬੂਤ ਦਿੱਤੇ ਨੇ ਕਿ ਰਿਚਮੰਡ ਗੁਰੂ ਘਰ ਦੇ ਵਿੱਚ ਕੇਜਰੀਵਾਲ ਦੀ ਕੁਛ ਲੋਕਾਂ ਨਾਲ ਮੁਲਾਕਾਤ ਹੋਈ ਸੀ, ਜਿਸ ਦੇ ਵਿੱਚ ਪ੍ਰੋਫੈਸਰ ਦਵਿੰਦਰਪਾਲ ਸਿੰਘ ਦੀ ਰਿਹਾਈ ਦਾ ਇਹਨੇ ਵਾਅਦਾ ਕੀਤਾ ਸੀ। ਇੱਕ ਇਕਬਾਲ ਸਿੰਘ ਆਏ ਨੇ ਲੰਡਨ ਤੋਂ, ਉਹਨਾਂ ਨੂੰ ਵੀ ਚਿੱਠੀ ਲਿਖੀ ਸੀ। ਉਹ ਕੇਸ ਐਨ ਆਈ ਏ ਨੇ ਪੁੱਟ ਕੀਤਾ ਕਿ ਕੇਜਰੀਵਾਲ ਨੇ ਕੋਈ ਪੈਸਾ ਲਿਆ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਬਦਲੇ, ਇਸ ਤਰ੍ਹਾਂ ਦੀਆਂ ਗੱਲਾਂ। ਇਹ ਕੇਸ ਵੀ ਮਤਲਬ ਇਨਵੈਸਟੀਗੇਸ਼ਨ 'ਤੇ ਆ ਗਿਆ ਗਵਰਨਰ ਦਿੱਲੀ ਦੀਆਂ ਹਦਾਇਤਾਂ ਤੋਂ ਬਾਅਦ। ਕੀ ਇਹ ਕੇਸ ਦੇ ਵਿੱਚ ਜਿਵੇਂ ਸੁਖਪਾਲ, ਉਹਨਾਂ ਨੇ ਕਿਹਾ ਕਿ ਸਾਨੂੰ ਸੁਖਪਾਲ ਸਿੰਘ ਖਹਿਰਾ ਦੀ ਗ੍ਰਿਫਤਾਰੀ ਦੇ ਦੌਰਾਨ ਵੀ ਇਨਪੁੱਟ ਮਿਲੀ ਸੀ ਕਿ ਪੈਸਾ ਗਲਤ ਤਰੀਕੇ ਨਾਲ ਆਮ ਆਦਮੀ ਪਾਰਟੀ ਨੂੰ ਪਿਛਲੇ ਸਮੇਂ ਆਇਆ, ਪੈਸਾ ਆਇਆ ਜਜ਼ਬਾਤੀ ਤੌਰ 'ਤੇ, ਪਰ ਉਹਨੂੰ ਕਿਸ ਖਾਤੇ ਪਾ ਲੈਣਗੇ ਜਾਂ ਉਹ ਸ਼ੋਅ ਨਹੀਂ ਕੀਤਾ, ਉਸ 'ਚ ਵੀ ਆਮ ਆਦਮੀ ਪਾਰਟੀ ਘਿਰਦੀ ਹੈ। ਅਤੇ ਇੱਧਰ ਭਗਵੰਤ ਮਾਨ ਕਹਿੰਦਾ ਮੈਂ ਤਾਂ ਆਪਣੀ ਜ਼ਮੀਨ ਵੇਚਣ ਨੂੰ ਤਿਆਰ ਹਾਂ, ਅਗਲਾ ਕਿੱਲਾ ਮੈਂ ਵੇਚਣਾ, ਇਨਕਮ ਟੈਕਸ ਭਰਨ ਨੂੰ ਪੈਸੇ ਮੰਗਵੇਂ ਫੜੇ ਆ ਕਿਸੇ ਤੋਂ, ਪਰ ਫਿਰ ਵੀ ਇਹ ਪੈਸਾ ਤਾਂ ਆਇਆ ਬਹੁਤ ਹੈ, ਇਹਦੇ 'ਚ ਕੋਈ ਦੋ ਰਾਵਾਂ ਨਹੀਂ, ਪਰ ਉਹਨੂੰ ਪ੍ਰੂਵ ਕਰਨਾ ਔਖਾ ਹੋ ਜਾਣਾ ਇਸ ਕੇਸ 'ਚ। ਕੀ ਲੱਗਦਾ ਗਿੱਲ ਸਾਹਿਬ, ਇਹ ਕੇਸ ਉਹਦੀ ਮਨੀ ਟ੍ਰੇਲ ਨਹੀਂ ਨਾ ਮਿਲਣੀ, ਉਹ ਕਿਹੜਾ ਕੋਈ ਡਾਇਰੈਕਟ ਟ੍ਰਾਂਜੈਕਸ਼ਨਸ ਹੋਣਗੇ ਜਾਂ ਥਰੂ ਬੈਂਕ ਟ੍ਰਾਂਜੈਕਸ਼ਨਸ ਹੋਣਗੇ? ਓਕੇ, ਇੱਕ ਇਹ ਵੀ ਗੱਲ ਹੈਗੀ ਕਿ ਐਗਜ਼ੈਜਰੇਸ਼ਨ ਵੀ ਬਹੁਤ ਹੋ ਜਾਂਦੀ ਹੈ। ਮਨੀ ਟ੍ਰੇਲ ਦਾ ਸ਼ਰਾਬ ਘੁਟਾਲੇ 'ਚ ਵੀ ਨਹੀਂ ਮਿਲੀ, 100 ਕਰੋੜ ਵਾਲੇ 'ਚ ਉਹ ਵੀ ਚੱਕੇ ਪਏ ਨੇ ਕਿੰਨੇ ਲੋਕ, ਉਹ ਇੰਨਾ ਕੁਛ ਹੋਣ ਦੇ ਬਾਵਜੂਦ ਕੋਈ ਮਿਲੀ ਨਹੀਂ ਹੈਗੀ। ਹਾਂ, ਪਰ ਬੰਦੇ ਦੇਖ ਲਓ, ਸਾਰੀ ਪਾਰਟੀ 'ਤੇ ਕੇਸ ਦਰਜ ਹੋ ਗਿਆ ਕਿ ਸਾਰੀ ਪਾਰਟੀ ਦੋਸ਼ੀ ਹੈ, ਜਿਹਨੂੰ ਮਰਜ਼ੀ ਚੱਕ ਲੈਣਾ ਅਗਲੇ। ਬਿਲਕੁਲ, ਇੱਥੇ ਇੱਥੇ ਵੀ ਤਾਂ ਬਹੁਤ ਜ਼ਿਆਦਾ ਮਤਲਬ ਕਿ ਨਾ ਪੰਜਾਬ ਵਿੱਚ ਤੁਸੀਂ ਦੇਖੋ ਸਾਇਲੈਂਟਲੀ CBI ਜਾਂ ਇਨਫੋਰਸਮੈਂਟ ਡਾਇਰੈਕਟੋਰੇਟ ਦੀਆਂ ਰੇਡਸ ਚੱਲ ਰਹੀਆਂ ਨੇ ਬਿਜ਼ਨਸਮੈਨ ਦੇ। ਹਾਂ, ਬਟਾਲੇ 'ਚ ਦੇਖੋ ਕਾਂਗਰਸੀਆਂ ਦੇ 2 ਦਿਨ ਰੇਡ ਹੋ ਰਹੀ ਹੈ, ਦੱਸੋ ਇਲੈਕਸ਼ਨ ਦੇ ਦੌਰਾਨ। ਜੀ, ਇਹ ਚੀਜ਼ਾਂ ਬਾਹਰ ਨਹੀਂ ਨਿਕਲ ਰਹੀਆਂ ਪੂਰੀਆਂ ਮੀਡੀਆ ਨਾਲ ਜਿਵੇਂ ਨਿਕਲਣੀ ਚਾਹੀਦੀ ਹੈ ਗੱਲ, ਪਰ ਇਹ ਦਬਦਬਾ ਬਹੁਤ ਚੁੱਪ ਚੁਪੀ ਤੇ ਬਹੁਤ ਵੱਧ ਰਿਹਾ ਹੈਗਾ। ਇਹਦੇ ਨਾਲ ਜਿਹੜੇ ਟ੍ਰੇਡਰਸ ਵਗੈਰਾ ਨੇ ਉਹ ਕਾਫੀ ਭੈ ਭੀਤ ਹੈਗੇ ਨੇ, ਡਰੇ ਹੋਏ ਆ ਨਾ। ਜਿਹੜੇ ਪੋਲੀਟੀਕਲ ਪਾਰਟੀਆਂ ਦੇ ਬੈਂਕਰ ਸੀ, ਕੋਈ ਪੈਸਾ ਦੇਣ ਨੂੰ ਤਿਆਰ ਨਹੀਂ, ਅਗਲਾ ਕਹਿੰਦਾ ਮਰਾਉਣਗੇ ਇਹੋ ਜਿਹੇ ਆਪੋਜੀਸ਼ਨ ਪਾਰਟੀ ਨੂੰ ਪੈਸਾ ਦਿੱਤਾ, ਇਨਕਮ ਟੈਕਸ ਨੇ ਚੁੱਕ ਲੈਣਾ। ਨਹੀਂ, ਬਿਲਕੁਲ ਫੇਅਰ ਸਾਈਕੋਸਿਸ ਕ੍ਰੀਏਟ ਕੀਤਾ ਗਿਆ ਬਹੁਤ ਜ਼ਿਆਦਾ, ਮਤਲਬ ਇਹ ਚੀਜ਼ਾਂ ਦਾ ਡਰ ਹੈਗਾ ਬਿਜ਼ਨਸਮੈਨ ਨੂੰ। ਨਹੀਂ ਕੋਈ ਚਾਹੁੰਦਾ ਕਿ ਸਾਡੇ ਕੋਈ ਬਿਜ਼ਨਸ ਵਿੱਚ ਇੰਟਰਫੇਅਰ ਕਰਨ ਜਾਂ ਕੋਈ ਸਾਡੇ ਰੇਡ ਪਵੇ ਜਾਂ ਕੋਈ ਐਂ ਸ਼ੱਕ ਪਵੇ। ਸੋ ਉਹਦਾ ਇੱਕ ਇਹਨਾਂ ਨੇ ਫੇਅਰ ਸਾਈਕੋਸਿਸ ਕ੍ਰੀਏਟ ਕੀਤਾ ਹੋਇਆ ਪੰਜਾਬ 'ਚ, ਮੈਨੂੰ ਦੂਸਰੀਆਂ ਸਟੇਟਸ ਦਾ ਤਾਂ ਨਹੀਂ ਪਤਾ ਗਾ, ਪਰ ਇੱਥੇ ਲੁਧਿਆਣੇ ਦਾ ਵੀ ਮੈਨੂੰ ਕੋਈ ਜ਼ਿਕਰ ਕਰ ਰਿਹਾ ਸੀ ਵੀ ਇੱਥੇ ਬਹੁਤ ਡਰ ਬਣਿਆ ਹੋਇਆ।
ਹਾਂ, ਕੇਜਰੀਵਾਲ ਪਹਿਲਾਂ ਪਹਿਲਾਂ ਤਾਂ ਆਇਆ ਸੀ, ਵਪਾਰੀਆਂ ਨਾਲ ਮੀਟਿੰਗ ਕੀਤੀ ਹੈ, ਜਿਵੇਂ ਪਹਿਲਾਂ ਕਈ ਜਿਹੜੇ ਵਪਾਰੀ ਸੀਗੇ ਉਹਨਾਂ ਨੂੰ MP ਬਣਾਇਆ, ਉਹਨਾਂ ਨੂੰ ਲੱਗਦਾ ਸੀ ਇਸ ਵਾਰੀ ਵੀ ਸ਼ਾਇਦ ਕੋਈ ਵਪਾਰੀ ਫੰਡ ਦੇਵੇ, MP ਐਲਾਨ ਦਾਂਗੇ, ਪਰ ਆਇਆ ਹੀ ਨਹੀਂ ਕੋਈ, ਬਲੀ ਦਾ ਬੱਕਰਾ ਕਿਹੜਾ ਬਣੂ, ਉਹ ਪਹਿਲੇ 7 ਲੱਭੇ ਹੀ ਨਹੀਂ ਗਏ, ਉਹ ਲੱਭੇ ਹੀ ਨਹੀਂ, ਉਹ ਸਾਇਲੈਂਟ ਹੀ ਹੋ ਗਏ, ਉਹ ਤਾਂ ਮੇਰੇ ਖਿਆਲ ਇੱਕ ਇੱਕ ਕਰਕੇ ਰਿਜ਼ਾਈਨ ਦੇ ਕੇ ਭੱਜਣਗੇ, ਜਿਵੇਂ ਹਾਲਾਤ ਨੇ, ਬਿਜ਼ਨਸਮੈਨ ਨੇ ਸਾਰੇ ਹੀ। ਬਿਲਕੁਲ ਬਿਲਕੁਲ। ਸੋ ਗਿੱਲ ਸਾਹਿਬ ਦੇਖੋ ਆਗੇ ਆਗੇ ਹੋਤਾ ਹੈ ਕਿਆ। ਸੋ ਇਸ ਦੇ ਨਾਲ ਹੀ ਆਪਣੇ ਦੋਸਤ ਪਰਮਿੰਦਰ ਸਿੰਘ ਢਿਵਾਣਾ ਅਤੇ ਸਰ ਰਣਜੀਤ ਸਿੰਘ ਗੁੱਕੀ ਗਿੱਲ ਸਾਹਿਬ ਨੂੰ ਦਿਵਾ ਗਿਆ। ਬਹੁਤ ਬਹੁਤ ਧੰਨਵਾਦ ਗਿੱਲ ਸਾਹਿਬ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਥੈਂਕ ਯੂ ਸੋ ਮਚ, ਮਿਹਰਬਾਨੀ ਗਿੱਲ ਸਾਹਿਬ।